ਜੱਗਾ 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 ਚਿੱਟੀ ਵਾਲਾ ਉਖੜ ਗਏ ਪੈਰ ਹਰ ਜੋ ਪਾਸੇ ਮੁੰਡਾ ਹਵਾ ਹਵਾਈ ਕਬੱਡੀ 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 ਬੱਲੇ 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 ਸਤਿ ਸ਼੍ਰੀ ਅਕਾਲ ਦੋਸਤੋ, ਬੈਸਟ ਮੈਚਾਂ ਦੀ ਲੜੀ ਦੇ ਵਿੱਚ ਆਹ ਵਾਲਾ ਜਿਹੜਾ ਮੈਚ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ, ਇਹ ਪਿੰਡ ਕੋਹਾਲਾ ਜਲੰਧਰ ਜ਼ਿਲ੍ਹੇ ਦਾ ਪਿੰਡ, ਪੰਜਾਬ ਅਕੈਡਮੀ ਐਸੋਸੀਏਸ਼ਨ ਦਾ ਕੱਪ ਔਰ ਦਿਨ ਸੀ 11 ਫਰਵਰੀ 2019 ਦਾ। ਇੱਕ ਪਾਸੇ ਖੇਡ ਰਹੀ ਸੀ ਭਗਵਾਨਪੁਰ ਦੀ ਟੀਮ ਔਰ ਦੂਸਰੇ ਪਾਸੇ NRI ਨਕੋਦਰ ਦੀ ਟੀਮ ਸੀ। ਇਹ ਇੱਕ ਫਾਈਨਲ ਮੈਚ ਸੀ, ਜਿੱਤਣ ਵਾਲੀ ਟੀਮ ਨੂੰ 1.5 ਲੱਖ ਰੁਪਈਆ ਇਨਾਮ ਦਿੱਤਾ ਜਾਣਾ ਸੀ ਔਰ ਦੂਸਰੇ ਨੰਬਰ 'ਤੇ ਰਹਿਣ ਵਾਲੀ ਟੀਮ ਦੇ ਲਈ 1 ਲੱਖ ਰੁਪਈਆ ਸੀ ਔਰ ਬੈਸਟ ਰਹਿਣ ਵਾਲੇ ਰੇਡਰ ਅਤੇ ਜਾਫੀ ਦੇ ਲਈ 21,000 ਰੁਪਈਏ ਰੱਖੇ ਗਏ ਸੀ। ਜੇ ਭਗਵਾਨਪੁਰ ਦੇ ਪਲੇਅਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਰਾਜੂ ਕੋਟਲਾਪੜੀ, ਕੁਲਦੀਪ ਸ਼ਿਕਾਰ ਮਾਛੀਆਂ, ਮਨਜੋਤ ਮਾਛੀਵਾੜਾ, ਜੱਟ ਗੜੀ ਦਿਖਾਣਾ, ਬਿੱਟੂ ਪੁਰਹੀਰਾ, ਨਿੱਕੂ ਕਲਿਆਣ ਅਤੇ ਕਾਕਾ ਨਗਲੇ ਵਰਗੇ ਖਿਡਾਰੀ ਖੇਡ ਰਹੇ ਸੀ ਔਰ ਦੂਸਰੇ ਪਾਸੇ NRI ਨਕੋਦਰ ਦੇ ਵਿੱਚ ਖੇਡਣ ਵਾਲੇ ਖਿਡਾਰੀ ਤਾਜਾ ਕਾਲਾ ਸੰਗਿਆ, ਜੱਗਾ ਚਿੱਟੀ, ਭਿੰਦਾ ਮੂਲੇਵਾਲ ਖਹਿਰਾ, ਭੂਰੀ ਛੰਨਾ, ਚੀੜਾ ਕਾਲੇ ਸੰਗਿਆ, ਕਾਲਾ ਧੂਰਕੋਟ ਅਤੇ ਜਿੰਦਰ ਸੰਧਣਾ ਵਰਗੇ ਖਿਡਾਰੀ ਜਿਹੜੇ NRI ਨਕੋਦਰ ਦੇ ਵਿੱਚ ਖੇਡ ਰਹੇ ਸੀ। ਦੋਸਤੋ, ਕਾਫੀ ਇੰਟਰਸਟਿੰਗ ਮੈਚ ਹੈ, ਮੈਚ ਦੇਖੋ। ਜੇ ਮੈਚ ਵਧੀਆ ਲੱਗਿਆ ਤਾਂ ਥੰਬਸ ਅਪ ਦਾ ਬਟਨ ਕਲਿੱਕ ਕਰ ਸਕਦੇ ਹੋ, ਇੰਜੋਏ ਕਰੋ ਇਸ ਮੈਚ ਨੂੰ। ਸਾਵੇ ਪਹਿਲੀ ਕਬੱਡੀ ਪਾਉਣ ਦੇ ਨੇ ਬਿਲਕੁਲ ਹੰਦਿਆਂ ਦੇ ਵਿਚਕਾਰ, ਕਾਕਾ ਕਿਹੜੇ ਪਿੰਡ ਦਾ ਜਲਾਲ ਵਾਲਾ ਗੱਲ ਕਰੂਗਾ ਮੈਂ ਤਾਂ ਖਿਡਾਰੀ ਦਾ ਤਲਵੰਡੀ ਸਾਬੋ ਦੇ ਲਾਗੇ ਨਗਰਾ ਪਿੰਡ ਹੈ ਮੇਰੇ ਵੀਰੇ। ਇਹ ਕਹਿੰਦੇ ਕਾਕਾ ਨਗਲੇ ਵਾਲਾ ਬਜਨੀ ਕਬੱਡੀ ਖੇਡਦਾ ਖੇਡਦਾ ਆਇਆ ਓਪਨ ਦੇ ਵਿੱਚ ਮਿੱਤਰੋ, ਉਹ ਚਾਰ ਜਾਫਿਆਂ ਦੇ ਬੋਲ ਦਿੱਤਾ ਧਾਵਾ। ਇੱਕ ਪਾਸੇ ਜੱਗਾ ਚਿੱਟੀ ਤੇ ਪੁਆਇੰਟ, ਨਗਲੇ ਵਾਲੇ ਕਾਕੇ ਦਾ ਪੁਆਇੰਟ ਇਸ ਵੇਲੇ ਰੇਡਰ ਦੇ ਹਿੱਸੇ ਜਾ ਜੁੜਿਆ। ਜ਼ਿਲ੍ਹੇ ਬਰਨਾਲੇ ਦਾ ਧੂਰਕੋਟ, ਰੂੜੇ ਕਹਿੰਦੇ ਲਾਗੇ ਧੌਲਾ ਦੇ ਲਾਗੇ ਮੇਰੇ ਵੀਰੋ, ਆਹ ਕਾਲਾ ਧੂਰਕੋਟੀਆਂ ਕਬੱਡੀ ਪਾ ਰਿਹਾ, ਨਿੱਕੂ ਕਲਿਆਣ, ਬਿੱਟੂ ਪੁਰਹੀਰਾ, ਜੱਟ ਗਿੜੀ ਤਰਖਾਣਾ ਤੇ ਜੋਤ ਰਾਮਗੜ ਸਰਦਾਰਾਂ ਦਾ ਤੇ ਬੋਲ ਜਨਾਬ ਮੱਖਣ ਅਲੀ ਜੀ ਦੇ। ਇਧਰਲੇ ਪਾਸੇ ਦੇਖਦੇ ਵੀ ਜੋਤ ਟੱਕ ਲੈਣ ਦੀ ਕੋਸ਼ਿਸ਼ ਕਰਦਾ ਰਾਮਗੜ ਸਰਦਾਰਾਂ, ਆਹ ਪੁਆਇੰਟ ਪੁਆਇੰਟ NRI ਕਬੱਡੀ ਕਲੱਬ ਨਕੋਦਰ ਦੀ ਟੀਮ ਦੇ ਹਿੱਸੇ ਦੇ ਵਿੱਚ ਅੰਕ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ। ਰਾਜੂ ਕੋਟਲੇ ਭੜੀ ਵਾਲਾ ਸਿੱਖ ਸਰਦਾਰ ਕਬੱਡੀ ਖਿਡਾਰੀ, ਲੱਭ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ, ਦੇਖਦਾ ਜ਼ਮਾਨਾ ਸਾਰਾ ਖੜ ਖੜ ਕੇ ਪਈ ਹੈ ਰੇਡ ਤੇ ਕੌਣ ਚਿੱਟੀ ਵਾਲਾ ਜੱਗਾ 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 ਕੋਸ਼ਿਸ਼ ਕਰਦਾ ਡੱਕਣ ਦੀ, ਆਹ ਹੁੰਦੀ ਹੋਈ ਕਮਾਲ, ਕਦੇ ਸੱਜੇ ਕਦੇ ਖੱਬੇ, ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ, ਕਦੇ ਤਾਂ ਸਮਾਣੇ ਸਾਂਭੇ ਜਾਂਦੇ ਨੋਟ ਨਾ, ਕਦੇ ਤਾਂ ਇੱਕ ਅੱਖੋ ਹੋਲੇ ਨਾ ਕਮਾਈਆਂ ਰਹਿੰਦੀਆਂ, ਸਦਾ ਨਹੀਂ ਹਾਲਾਤ ਰਹਿੰਦੇ ਮਾਰੇ ਬੰਦੇ ਤੇ ਸਦਾ ਨਹੀਂ ਉਹ ਜੱਗ ਤੇ ਚੜਾਈਆਂ ਰਹਿੰਦੀਆਂ, ਸਦਾ ਨਹੀਂ ਉਹ ਜੱਗ ਤੇ ਚੜਾਈਆਂ ਰਹਿੰਦੀਆਂ। ਇਹ ਤਲਵਿੰਦਰ ਸਿੰਘ, ਇਹਨੂੰ ਚੀੜਾ ਕਹਿੰਦੇ ਪਿਆਰ ਦੇ ਨਾਲ, ਕਹਿੰਦੇ ਸਕੂਲੋਂ ਭੱਜ ਆਉਂਦਾ ਸੀਗਾ ਪੜ੍ਹਦਾ ਨਹੀਂ ਸੀਗਾ, ਜਿਹੜੇ ਭੱਜ ਭੱਜ ਕੇ ਵੀ ਆਏ ਨਾ ਕਿਤੇ ਕਾਮਯਾਬ ਜ਼ਰੂਰ ਹੋ ਗਏ। ਉਹ ਜਿਹੜੇ ਜਿਹੜੇ ਸਕੂਲੋਂ ਭੱਜਦੇ ਰਹੇ ਇੱਕ ਵਾਰੀ ਤਾੜੀਆਂ ਮਾਰ ਕੇ ਦੱਸਿਓ, ਸਾਰੇ ਹੀ ਭੱਜਦੇ ਰਹੇ, ਇੱਥੇ ਕੋਈ ਘੱਟ ਨਹੀਂ, ਇੱਥੇ ਕੋਈ ਕਿਸੇ ਤੋਂ ਘੱਟ ਨਹੀਂ, ਸਭ ਇੱਕ ਤੋਂ ਇੱਕ ਵਧੀਕ ਹੈ, ਇੱਕ ਤੋਂ ਇੱਕ ਵਧੀਕ ਹੈ, ਲਓ ਆ ਵੀ ਕਿਸੇ ਵਧੀਕ ਤੋਂ ਘੱਟ ਨਹੀਂ। ਅਗਲੀ ਕਬੱਡੀ ਪਾਉਣ ਦੇ ਵਾਸਤੇ ਬਿਲਕੁਲ ਹੰਦਿਆਂ ਦੇ ਵਿਚਕਾਰ ਐਨ ਤਿਆਰ ਬਣ ਤਿਆਰ ਕਬੱਡੀ ਖਿਡਾਰੀ, ਚਾਰ ਨੌਜਵਾਨਾਂ ਦੇ ਵਿੱਚੋਂ ਫਿਰ ਦੇਖਾਂਗੇ ਵੀ ਕਿਹੜਾ ਡੱਕਰਨ ਦੀ ਕੋਸ਼ਿਸ਼ ਕਰਦਾ, ਐਨ ਹੁੱਲੇ ਹੁਲਾਰੇ ਨੇ ਪਿੰਡੇ ਚਮਕਣ ਮੁੰਡਿਆਂ ਦੇ, ਸਭ ਨੇ ਜ਼ੋਰ ਹਿੱਕ ਦਾ ਲਾਉਣਾ, ਹੁੰਦੇ ਭੇੜ ਨੇ ਸਾਨਾਂ ਦੇ, ਖੜ ਕੇ ਵੇਖੂ ਕੁੱਲ ਜ਼ਮਾਨਾ, ਕੱਪ ਉਹੀਓ ਜਿੱਤਣਗੇ ਜਿਨ੍ਹਾਂ ਨੇ ਡੌਲਿਆਂ ਪੱਟਾਂ ਦੇ ਵਿੱਚ ਜਾਣਾ ਹੈ, ਕੱਪ ਉਹੀਓ ਜਿੱਤਣਗੇ ਜਿਨ੍ਹਾਂ ਦੇ ਡੌਲਿਆਂ ਪੱਟਾਂ ਦੇ ਵਿੱਚ ਜਾਣਾ ਹੈ। ਫੈਸਲਾ ਹੋ ਚੁੱਕਾ ਹੈ ਵੀ ਪੁਆਇੰਟ ਮੇਰੇ ਵੀਰੋ ਸਟੋਪਰ ਦਾ, ਜੋਤ ਰਾਮਗੜ ਸਰਦਾਰਾਂ ਵਾਲੇ ਦਾ, ਧਨੌਲੇ ਵਾਲੇ ਜਗਤਾਰ ਵਰਗਾ ਜਾਫੀ ਖੇਡ ਕਬੱਡੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਅੱਜ ਦੇ ਸਮੇਂ ਦੇ ਵਿੱਚ ਮੁਸ਼ਕਲ ਹੈ ਮੇਰੇ ਵੀਰੋ। ਵੱਡਾ ਨਾਮ ਰਿਹਾ, ਛੋਟਾ ਕਰਦਾ ਪਰ ਗੱਲਾਂ ਕਰਵਾ ਦਿੱਤੀਆਂ। ਆਹ ਸਾਹਮਣੇ ਵੇਖਦਾ ਵੀ ਨੌਜਵਾਨ ਜੱਗਾ ਚਿੱਟੀ ਵਾਲਾ 6 ਜਫਾ ਲੱਗ ਗਿਆ ਮੈਟਰੋ ਕਬੱਡੀ ਕਲੱਬ ਦੇ ਮਲਕੀਤ ਦਿਓਲ ਵੱਲੋਂ ਤੇ ਗੁਰਦੀਪ ਟਵਾਲ ਵੱਲੋਂ।
500 ਦਾ ਮਾਨ ਸਨਮਾਨ ਚਿੱਟੀ ਵਾਲੇ ਜੱਗੇ ਦੇ ਲਈ ਆਇਆ ਕਿਉਂਕਿ ਉਹਨਾਂ ਦੀ ਖੇਡ ਕਲੱਬ ਵੱਲੋਂ ਖੇਡ ਦਾ ਬਾਹਰ ਜੱਗਿਆ। ਗੁਰਤਾਜ ਸਿੰਘ ਤਾਜਾ ਵੱਡੇ ਹੌਸਲੇ ਦਾ ਨਾਮ ਹੈ, ਦਲੇਰੀ ਦਾ ਨਾਮ ਹੈ ਤਾਜਾ, ਕਾਲੇ ਸਿੰਘਾਂ ਵਾਲਾ ਗੁਰਤਾਜ ਸਿੰਘ ਕਬੱਡੀ ਪਾ ਰਿਹਾ ਹੈ। ਮੱਖਣ ਅਲੀ ਜੀ ਸ਼ੇਰੋ ਕਹਾਣੀ ਕੇ ਪਾਨਾ ਤੇ ਤਾਜਾ ਨੇ ਕਬੱਡੀਆਂ 1000 ਦੀਆਂ ਨੇ ਬਿੰਦਰ ਜੀ ਤੇ ਰਵੀ ਨਾਗਰਾ ਯੂਐਸਏ ਵੱਲੋਂ। ਇੱਕ ਰੇਡਰ ਦੇਖਿਆ ਮੈਂ ਤਾਜਾ ਕਾਲਾ ਸੰਘਿਆਂ ਵਾਲਾ ਜਿਹੜਾ ਵਹਿੰਦਾ ਜਾਵੇ ਦਰਿਆਵਾਂ ਦੇ ਨੀਰ ਵਾਂਗੂ, ਸਿੱਧਾ ਵੱਜਦਾ ਜਾ ਕੇ ਹਿੱਕ ਦੇ ਵਿੱਚ ਛੱਡੇ ਅਰਜੁਨ ਦੇ ਕਮਾਨ ਵਿੱਚੋਂ ਤੀਰ ਵਾਂਗੂ। ਸ਼ਗਨ ਖੋਖਰ ਵੱਖਰਾ ਜਾਪਦਾ ਕਿਸੇ ਮੁਸੱਵਰ ਦੀ ਕੜੀ ਹੋਈ ਤਸਵੀਰ ਵਾਂਗੂ। ਲਓ ਸ਼ਾਨਦਾਰ ਕਬੱਡੀ ਖਿਡਾਰੀ ਕੜੀ ਹੋਈ ਤਸਵੀਰ ਵਰਗਾ, ਵਾਕਈ ਸਹੀ ਗੱਲ ਹੈ, ਸਹੀ ਗੱਲ ਹੈ। ਸ਼ਗਨ ਖੋਖਰ ਨੇ ਸੋਹਣਾ ਲਿਖਿਆ, ਨਗਲੇ ਵਾਲਾ ਕਾਕਾ ਤਲਵੰਡੀ ਸਾਬੋ ਬਠਿੰਡੇ ਦੀ ਧਰਤੀ, ਧਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ, ਜਿੱਥੇ ਗਿੱਧਿਆਂ ਚਾਵਾਂ ਦੀ ਇੱਕ ਰੀਤ ਪੁਰਾਣੀ ਹੈ, ਪਰ ਅੱਜ ਦੁਆਬੇ ਦੀ ਧਰਤੀ ਦਾ ਜਲੰਧਰ, ਜਲੰਧਰ ਦਾ ਕੋਹਾਲਾ, ਸੋਢੀ ਨਾਗਰੇ ਦਾ ਪਿੰਡ ਹੈ। ਜਦੋਂ ਟਰਾਂਟੋ ਦੇ ਵਿੱਚ ਗੱਲ ਹੁੰਦੀ ਹੈ ਮੇਰੇ ਵੀਰ ਰੌਣਕ ਪੰਜਾਬ ਦੀ, ਨਾਗਰਾ ਸਾਹਿਬ ਖੁਸ਼ ਹੈ, ਐਨ ਕਹਿੰਦੇ ਬੱਲੇ ਬੱਲੇ ਹੋ ਗਈ ਛੋਟੇ ਵੀਰ, ਨਿਆਰਾ ਵੱਖਰਾ ਹੈ। ਔਰ ਰਵੀ ਨਾਗਰਾ ਕਿੱਥੇ ਹੈ? ਲੈ ਵੀ ਰਵੀ ਰਵੀ ਆ, ਨਿਆਰਾ ਫਿਰ ਨਹੀਂ ਮਿਲਣਾ, ਐਸੀ ਬਰਸਾਤ ਫੇਰ ਨਹੀਂ ਹੋਗੀ। ਔਰ ਸਾਹਮਣੇ ਵੇਖਣਾ ਵੀ ਨੌਜਵਾਨ ਕਬੱਡੀ ਖੇਡ ਮੈਦਾਨ ਦੇ ਵਿੱਚ ਕਾਲੇ ਧੂਰ ਕੋਟੀਆਂ ਦੀ ਪੈ ਚੁੱਕੀ ਹੈ। ਜਾਫੀ ਚਾਰ ਨੇ ਭਗਵਾਨਪੁਰ ਦੀ ਟੀਮ ਦਾ ਵੱਡਾ ਨਾਮ ਹੈ, ਹੁਣ ਤੱਕ ਸਭ ਤੋਂ ਵੱਧ ਕੱਪ ਜਿੱਤੀ ਹੈ। ਔਰ ਸਮਾਂ ਦੱਸੇਗਾ ਜਦੋਂ ਕੱਪ ਸਮਾਪਤ ਹੋਣਗੇ ਵੀ ਕਿਹੜੀ ਟੀਮ ਚੈਂਪੀਅਨ ਰਹੀ ਹੈ। ਸੁੱਕਿਆ ਘੋਗੇਸ਼ੋਰ ਵਾਲੇ ਗੱਲਾਂ ਸਾਰੇ ਦੀਆਂ, ਕਰਮਜੀਤ ਸਿੰਘ ਜੀ ਬਾਬੂ ਚਿੱਟੀ ਵਾਲੇ ਕਹਿੰਦੇ ਜੱਗਾ ਜਿੰਨੇ ਜਫੇ ਲਾਵੇਗਾ ਉਹਨੇ 500 ਦੇ ਨਾਲ ਮਾਨ ਸਨਮਾਨ ਦਿੱਤੇ ਜਾਣਗੇ। ਲਓ ਇਸ ਸਮੇਂ ਮੈਦਾਨ ਦੇ ਵਿੱਚ ਪਈ ਹੋਈ ਅਗਲੀ ਰੇਡ ਰਾਜੂ ਕੋਟਲੇ ਭੜੀ ਵਾਲਾ। ਲਓ ਸਨੀ ਤਲਵਿੰਦਰ ਸਿੰਘ ਔਲਖ ਕਹਿੰਦਾ ਮਾਝੇ ਦੀ ਟੀਮ ਖੇਡ ਰਹੀ ਹੈ। ਮੱਖਣ ਜੀ ਮਾਝੇ ਦਾ ਨਾਮ ਚੱਲ ਰਿਹਾ, ਸੋ ਰਵੀ ਨਾਗਰੇ ਦੇ ਪਿੰਡ ਮੈਚ ਹੈ, ਸੋ ਮਾਝੇ ਦੀ ਟੀਮ ਨੂੰ 11000 ਰੁਪਏ। ਹੈਪੀ ਔਲਖ ਜੀ ਉਹਨਾਂ ਦਾ ਵੀ ਲੋਪੋ ਕੀ ਚੁਗਾਵਾਂ ਦੇ ਲਾਗੇ ਕੋਹਾਲਾ ਪਿੰਡ ਹੈ, ਇੱਕ ਆ ਕੋਹਾਲਾ ਪਿੰਡ ਹੈ, ਇੱਕ ਰਾਣੇ ਮਾਝੇ ਦੇ ਪਿੰਡ ਦੇ ਲਾਗੇ ਕੋਹਾਲਾ ਪਿੰਡ ਹੈ। ਹੈਪੀ ਔਲਖ ਉਹਨਾਂ ਦਾ, ਮਾਝੇ ਦੀ ਟੀਮ ਨੂੰ 11000 ਰੁਪਏ ਯਾਰ। ਵਿਸ਼ੇਸ਼ ਤੌਰ ਤੇ ਧੰਨਵਾਦ ਹੈਪੀ ਔਲਖ ਜੀ ਉਹਨਾਂ ਦਾ। ਵਾਹ ਬਈ ਵਾਹ, ਮਨਜੋਤ ਜੱਗਾ ਚਿੱਟੀ, ਮਨਜੋਤ ਜੱਗਾ ਚਿੱਟੀ ਵਾਲਾ, ਮਨਜੋਤ ਮਾਸ਼ੀ ਵਾਲਾ ਸਾਹਿਬ ਦੀ ਧਰਤੀ ਦਾ। ਲੈ ਵੀ ਜੱਗਿਆ ਜੇ ਜਫਾ ਲੱਗ ਗਿਆ ਤੇ 500 ਫਿਰ ਮਲਕੀ ਦਿਓਲ ਤੇ ਗੁਰਦੀਪ ਅਟਵਾਲ ਮੈਟਰੋ ਕਬੱਡੀ ਕਲੱਬ ਵਾਲੇ ਵੱਲੋਂ ਤੇਰੇ ਲਈ ਹੈ। ਨੌਜਵਾਨਾਂ ਦੋ ਜਫੇ ਹੋ ਗਏ ਹੈ, ਜਫੇ ਦੋ ਹੈ, ਇੱਧਰ ਜਫਾ ਇੱਕ ਹੈ। ਗੱਲ ਸਮੇਂ ਦੀ ਕਿ ਦੋ ਹੋ ਗਏ, ਦੋ ਦੋ ਹੋ ਗਏ ਹੈ, ਦੋ ਦੋ ਹੋ ਗਏ ਹੈ ਰਾਜੂ, ਦੋ ਦੋ ਹੋ ਗਏ ਹੈ, ਪਰ ਗੱਲ ਸਮੇਂ ਦੀ ਹੋਣੀ ਹੈ। ਅਗਲੀ ਰੇਡ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਨੌਜਵਾਨ ਪਾਉਣ ਦੇ ਲਈ ਵਧਿਆ ਹੋਇਆ ਹੈ। ਚਾਰ ਜਾਫੀ ਹੈ, ਚਾਰਾਂ ਦੇ ਵਿੱਚੋਂ ਹੁਣ ਕੌਣ ਮੇਰੇ ਵੀਰੋ ਇਸ ਨੌਜਵਾਨ ਦੇ ਨਾਲ ਦੋ ਹੱਥ ਕਰਦਾ ਹੈ? ਇੱਕ ਪਾਸੇ ਕਹਿੰਦੇ ਨੌਜਵਾਨ ਕਲਿਆਣਾ ਵਾਲਾ ਨਿੱਕੂ ਤੇ ਦੂਸਰੇ ਪਾਸੇ ਪੁਆਇੰਟ ਰੇਡਰ ਦੇ ਹਿੱਸੇ ਜਾ ਜੁੜਿਆ ਐਨ ਆਰ ਆਈ ਕਬੱਡੀ ਕਲੱਬ ਨਕੋਦਰ ਦੀ ਟੀਮ ਦੇ ਲਈ ਗੋਪਾ ਬੈਂਸ, ਬਬਲੂ ਕੁਰੂਕਸ਼ੇਤਰ, ਬਲਵੀਰ ਸੰਧੂ ਸਰੀ, ਦੀਪਾ ਸਿੰਘਾ ਕਾਲੇ ਸਿੰਘਾ, ਜਤਿੰਦਰ ਜੌਲ ਦਾ, ਰੇਸੀ ਵਾਲੇ ਕਾਲੇ ਦਾ, ਅਮਨ ਟਵਾਣੇ ਦਾ, ਸੁਖੀ ਸੰਘੇੜੇ ਦਾ, ਸੁਖੇ ਚੱਕਾਂ ਵਾਲੇ ਦਾ, ਮਠੱਡਿਆਂ ਵਾਲੇ ਸੱਤੇ ਦਾ, ਪਾਲੇ ਸਹੋਤੇ ਦਾ, ਸ਼ੀਰੇ ਸ਼ੰਮੀਪੁਰ ਦਾ, ਸਤਿੰਦਰ ਗੋਲਡੀ ਦਾ, ਗਾਜੀਪੁਰੀ ਲੱਖੇ ਦਾ, ਬਲਵਿੰਦਰ ਸਿੰਘ ਜੀ ਭਲਵਾਨ ਮੇਰੇ ਵੀਰੋ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੈਂਟਰ ਵੈਲੀ ਦੀ ਖੇਡ ਕਲੱਬ ਦਾ। ਔਰ ਦੂਸਰੇ ਪਾਸੇ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰ ਦੇ ਲਈ ਮਨੂ ਆਸਟ੍ਰੇਲੀਆ, ਸ਼ਾਹ ਪਿੰਡਰ ਤੇ ਨਾਲ ਧੰਨਾ ਡੈਨਮਾਰਕ ਵਾਲਾ ਮੇਰੇ ਵੀਰੋ ਸੁੱਖਾ ਤੇ ਮਨਜੋਤ ਰਾਜੂ ਪਿੰਡ ਵਾਲੇ, ਸੁੱਖਾ ਤੇ ਮਨਜੋਤ ਸੁੱਖਾ ਰਾਜੂ ਪਿੰਡ ਵਾਲੇ ਜੰਗ ਭਲਵਾਨ ਉਹਨਾਂ ਦਾ, ਖੁਰਦਾਂ ਵਾਲਿਆਂ ਦਾ ਵੱਡਾ ਯੋਗਦਾਨ ਹੈ। ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਵਿਸ਼ਾਲ ਆਸਟ੍ਰੇਲੀਆ
ਡੱਬੂ ਆਸਟ੍ਰੇਲੀਆ ਹੋਣਾ ਦਾ ਆਓ ਤਾਜਾ ਕਾਲੇ ਸਿੰਘਾਂ ਵਾਲਾ ਤਾਜੇ ਦੀਆਂ ਤਿੰਨ ਕਬੱਡੀਆਂ ਦੇ ₹1000 ਰਵੀ ਨਾਗਰੇ ਜੀ ਹੋਣਾ ਵੱਲੋਂ ਮਾਨ ਸਨਮਾਨ ਹੈਪੀ ਆਲ ਕੋਲੋਂ ਵੱਲੋਂ ਲਓ ਦੂਸਰੀ ਕਬੱਡੀ ਸਫਲ ਰਹੀ ਅਗਲੀ ਰੇਡ ਪਾਉਣ ਦੇ ਵਾਸਤੇ ਇਹ ਆ ਰਾਜੂ ਕੋਟਲੇ ਭੜੀ ਵਾਲਾ ਮੈਦਾਨ ਦੇ ਵਿੱਚ ਵਧਿਆ ਹੋਇਆ ਖਿਡਾਰੀ ਸੀਂਦਣਾ ਵਾਲਾ ਤਿਆਰ ਬਰ ਤਿਆਰ ਹੈ ਚਿੱਟੀ ਵਾਲਾ ਤਿਆਰ ਹੈ ਬੂਲੇ ਵਾਲਾ ਖੈਰਿਆਂ ਵਾਲਾ ਈਪਣ ਵਾਲਾ ਚਾਰ ਮੰਨੇ ਪਰਮੰਨੇ ਕਬੱਡੀ ਦੇ ਖਿਡਾਰੀ ਨੇ ਲਓ ਭਾਈ ਰੇਡ ਜੱਗਾ 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 ਆਓ ਜੱਗਾ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਬਹੁਤ ਤਕੜਾ ਜਾਫੀ ਵੱਡਾ ਨਾਮ ਜੱਗੇ ਦਾ ਰਾਜੂ ਦਾ ਵੀ ਵੱਡਾ ਨਾਮ ਜੇ ਲੱਗ ਗਿਆ ਜੱਫਾ ਤੇ ਤਾੜੀਆਂ ਮੁੰਡੇ ਦੇ ਵਾਸਤੇ ਬਣਦੀਆਂ ਨੇ ਮਾਰ ਦਿਓ ਜ਼ੋਰਦਾਰ ਤਾੜੀਆਂ ਪੁਆਇੰਟ ਆਹ ਜੱਗਾ ਚਿੱਟੀ ਵਾਲਾ ਜੱਗੇ ਚਿੱਟੀ ਦੇ ਲਈ ਮਲਕੀਤ ਦਿਓਲ ਤੇ ਗੁਰਦੀਪ ਪਟਵਾਲ ਮੈਟਰੋ ਕਬੱਡੀ ਕਲੱਬ ਵੱਲੋਂ ₹500 ਦਾ ਮਾਨ ਸਨਮਾਨ ਹੋਰ ਪੁੱਜ ਚੁੱਕਿਆ ਹੈ ਆਹ ਕਾਲਾ ਧੂਰ ਕੋਟੀਆ ਕੇ ਵਿੱਚ ਥਿੰਦ ਪ੍ਰਧਾਨ ਖੜੇ ਨਾਲੇ ਮੈਂਬਰ ਅਤੇ ਕਮੇਟੀ ਜੇ ਰੌਲਾ ਪੈ ਜਾਵੇ ਸਾਰੇ ਕਿਰਨ ਫੈਸਲਾ ਛੇਤੀ ਕਹੇ ਮੱਖਣ ਮਰਾੜਾ ਦਾ ਛੱਡ ਦੋ ਨਸ਼ੇ ਵਾਸਤੇ ਪਾ ਕੇ ਆਹ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾ ਬਹਿ ਜਾ ਮਿੱਤਰਾ ਬਹਿ ਜਾ ਮਿੱਤਰਾ ਬਹਿ ਜਾ ਹੁਣ ਲਾਊ ਗੋਡੀ ਕਿ ਨਹੀਂ ਇੱਕ ਪਾਸੇ ਜੋਤ ਹੈ ਦੂਜੇ ਪਾਸੇ ਕਾਲਾ ਧੂਰ ਕੋਟੀਆ ਬੱਗੇ ਪਿੰਡ ਵਾਲੇ ਮੰਗੀ ਦਾ ਵੱਡਾ ਯੋਗਦਾਨ ਹੈ ਲਾੜ ਜੌਲ ਦਾ ਦੋਨੋਂ ਖੇਡ ਕਲੱਬਾਂ ਦੇ ਲਈ ਵੱਡਾ ਯੋਗਦਾਨ ਚਾਹੇ ਨਕੋਦਰ ਦੀ ਖੇਡ ਕਲੱਬ ਹੈ ਚਾਹੇ ਭਗਵਾਨਪੁਰ ਦੀ ਖੇਡ ਕਲੱਬ ਮਾਛੀਵਾੜਾ ਸਾਹਿਬ ਦੀ ਧਰਤੀ ਇਹ ਹੈ ਮਨਜੋਤ ਜੱਗਾ ਚਿੱਟੀ ਵਾਲਾ ਸਾਡੇ ਉਸਤਾਦ ਜੀ ਪ੍ਰੋਫੈਸਰ ਮੱਖਣ ਸਿੰਘ ਜੀ ਨੇ ਚੇਤਕ ਨਾਂ ਦਿੱਤਾ ਚੇਤਕ ਚੀੜਾ ਕਹਿੰਦੇ ਸਕੂਲੋਂ ਭੱਜ ਜਾਂਦੇ ਸਨ ਮੱਖਣ ਅਲੀ ਜੀ ਨੇ ਗੱਲ ਕੀਤੀ ਮੱਖਣ ਅਲੀ ਜੀ ਕੁੱਟ ਜ਼ਰੂਰ ਪੈਂਦੀ ਹੋਣੀ ਹੈ ਤੇ ਬਾਅਦ ਦੇ ਵਿੱਚ ਕਿਸੇ ਨੇ ਆਖਿਆ ਹੋਣਾ ਵੀ ਆਹ ਬਾਹਲਾ ਹੀ ਚੀੜਾ ਕਿਸੇ ਟੀਚਰ ਨੇ ਆਖਤਾ ਹੋਣਾ ਦੂਜੇ ਦਿਨ ਤੇ ਉੱਥੋਂ ਨਾਂ ਬਣ ਗਿਆ ਚੀੜਾ ਕਿਸੇ ਨੂੰ ਨਹੀਂ ਸੀ ਪਤਾ ਵੀ ਚੀੜਾ ਆਉਣ ਵਾਲੇ ਸਮੇਂ ਦਾ ਵੱਡਾ ਸਟਾਰ ਹੋਵੇਗਾ ਰਵੀ ਨਾਗਰਾ ਜੀ ਉਹਨਾਂ ਦਾ ਹੈਪੀ ਆਲ ਖੋਣਾ ਵੱਲੋਂ ₹11000 ਜਿਹੜਾ ਭਗਵਾਨਪੁਰ ਦੀ ਖੇਡ ਕਲੱਬ ਦੇ ਲਈ ਹੈ ਕਹਿੰਦੇ ਵੀ ਸਾਡੇ ਮਾਝੇ ਦੀ ਟੀਮ ਖੇਡਦੀ ਲਓ ਅਗਲੀ ਰੇਡ ਪਾਉਣ ਦੇ ਵਾਸਤੇ ਕਾਕਾ ਨੰਗਲਾਂ ਵਾਲਾ ਕੱਲ ਉੱਗੀ ਦੇ ਖੇਡ ਮੇਲੇ ਦਾ ਵੱਡੇ ਕੱਪ ਦਾ ਬੈਸ ਰਿਹਾ ਅੱਜ ਦੇਖਦੇ ਵੀ ਕਿਹੋ ਜਿਹਾ ਕਮਾਲ ਕਰਦਾ ਲਓ ਹੁੰਦੀ ਬੱਲੇ ਬੱਲੇ ਡੱਕ ਲੈਣ ਦੀ ਕੋਸ਼ਿਸ਼ ਕਰਦਾ ਜਿੰਦਰ ਸਿੰਘ ਜਿੰਦਰ ਸਿੰਘ ਇਹ ਸਿੰਧੜਾ ਵਾਲਾ ਬੜਾ ਕਮਾਲ ਦਾ ਕਬੱਡੀ ਖਿਡਾਰੀ ਕਦੇ ਸੱਜੇ ਕਦੇ ਖੱਬੇ ਤੇ ਦੇਖਦੇ ਵੀ ਪੁਆਇੰਟ ਕਬੱਡੀ ਧਾਵੀ ਨਗਲੇ ਵਾਲਾ ਨਗਲਾ ਮੱਖਣ ਅਲੀ ਜੀ ਮਾਫੀ ਚਾਹੁੰਦਾ ਨਗਲਾ ਨਗਲੇ ਵਾਲਾ ਨੌਜਵਾਨ ਕਾਕਾ ਲਓ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਦੇਖਾਂਗੇ ਮੈਦਾਨ ਦੇ ਵਿੱਚ ਵਾਧਾ ਹੋਇਆ ਕਬੱਡੀ ਖਿਡਾਰੀ ਵੱਖਰੇ ਅੰਦਾਜ਼ ਦੇ ਨਾਲ ਪਰਮੇ ਜੁੱਸੇ ਵਾਲਾ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰ ਦੇ ਚਾਰ ਬਾਜੇ ਦੇ ਮਜੈਲ ਕੌਣ ਟੱਕ ਲੈਣ ਦੀ ਕੋਸ਼ਿਸ਼ ਕਰਦਾ ਹੈਪੀ ਉਲਖਣਾ ਨੇ ਐਵੇਂ ਨਹੀਂ ਮਾਨ ਸਨਮਾਨ ਕੀਤਾ ਵੀ ਸਾਡੇ ਏਰੀਏ ਦੀ ਟੀਮ ਵੱਡਾ ਨਾਮ ਬਣਾ ਗਈ ਪਹਿਲੇ ਸਾਲ ਹੀ ਲਓ ਪੁਆਇੰਟ ਪਹਿਲੇ ਸਾਲ ਹੀ ਕਹਿੰਦੇ ਤਹਿਲਕਾ ਮਚਾ ਗਈ ਹੈ ਟੀਮ ਭੂਰੀ ਫਤਿਹਗੜ੍ਹ ਛੰਨਾ ਦਾ ਮਨਜੋਤ ਮਾਛੀਵਾੜਾ ਮਨਜੋਤ ਤੇ ਰਾਜੂ ਦੀ ਜੋੜੀ ਪ੍ਰਸਿੱਧ ਹੈ ਮੇਰੇ ਵੀਰੋ ਚਿੱਟੀ ਵਾਲਾ ਜੱਗਾ ਜੱਗਾ ਚਿੱਟੀ ਵਾਲਾ ਜੱਗਾ ਚਿੱਟੀ ਵਾਲਾ ਜੱਗਾ 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 ਤੇ ਮਨਜੋਤ ਪੁਆਇੰਟ ਮਾਛੀਵਾੜਾ ਸਾਹਿਬ ਦੇ ਮਨਜੋਤ ਦਾ ਪੁਆਇੰਟ ਰੇਡਰ ਦਾ ਪੁਆਇੰਟ ਇਸ ਵੇਲੇ ਰੇਡਰ ਦਾ ਲਓ ਤਾਜੇ ਦੀ ਰੇਡ ਆਖਰੀ ਹੈ ₹1000 ਦੀ ਉਸ ਤੋਂ ਬਾਅਦ ਤਿੰਨ ਕਬੱਡੀਆਂ ਦੇ ਫਿਰ ਪੈਸੇ ਲੱਗਣਗੇ ਉਹ ਤਾਂ ਬਾਤ ਬਾਅਦ ਦੇ ਵਿੱਚ ਹੋਊਗੀ ਲਓ ਕਾਲਾ ਸਿੰਘਾਂ ਵਾਲਾ ਤਾਜਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਤਿਆਰ ਬਰ ਤਿਆਰ ਉੱਡੂ ਉੱਡੂ ਕਰਦਾ ਕਬੱਡੀ ਖਿਡਾਰੀ ਕਿ ਬਾਨਾ ਤੇ ਤਾਜਾ ਨੇ ਦਲੇਰ ਅੱਤ ਦੇ ਗੱਗੀ ਤੇ ਸੰਦੀਪ ਲੱਦੜ ਇੱਕ ਵਿੱਚ ਅੰਨਾ ਜ਼ੋਰ ਰੱਖਦੇ ਹੁੰਦੀ ਹੋਈ ਕਮਾਲ ਬੱਲੇ ਬੱਲੇ ਲਓ ਕਬੱਡੀ ਕਬੱਡੀ ਹੋਈ ਪਈ ਹੜ ਗਿਆ ਮੁੰਡਾ ਪਿੱਛੇ ਪਰ ਹੀਰਾ ਵਾਲਾ ਹੁਸ਼ਿਆਰਪੁਰੀ ਹੈ ਹਜ਼ਾਰ ਤਾਜਾ ਜੱਫੇ ਕਹਿੰਦੇ ਚਾਰ ਤੇ ਦੋ ਹੈ ਰਵੀ ਯੂਐਸਏ ਵੱਲੋਂ ₹1000 ਤਾਜੇ ਦੇ ਵਾਸਤੇ ਰਵੀ ਨਾਗਰਾ ਯੂਐਸਏ ਸ਼ਿਕਾਗੋ ਪੀਜ਼ਾ ਤੇ ਬਿੰਦਰ ਹੋਣਾ ਵੱਲੋਂ ₹1000 ਤਾਜੇ ਦੇ ਲਈ ਕੋਸਾ ਫੜ ਲਓ ਨਾਲ ਦੀ ਨਾਲ ਮਾਇਦ ਗੱਫੇ ਲਓ ਅਗਲੀ ਕਬੱਡੀ ਦੇਖਦੇ ਵੀ ਰਾਜੂ ਦੀ ਰੇਡ ਤੋਂ ਬਾਅਦ ਕਬੱਡੀ ਮੈਦਾਨ ਦੇ ਅੰਦਰ ਫਿਰ ਪੈਂਦੀ ਹੋਈ ਕਾਲਾ 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 ਧੂਰ ਕੋਟੀਆ ਬਰਨਾਲੇ ਵਾਲਾ ਕਾਲਾ
ਧਨੌਲੇ ਵਾਲਾ ਕਾਲਾ ਵੀ ਜੇਕਰ ਗਰਾਊਂਡ ਦੇ ਲੱਗ ਗਿਆ ਤੇ ਦੋ ਕਦਮ ਚੱਲ ਕੇ ਖੇਡ ਮੈਦਾਨ ਦੇ ਵਿੱਚ ਆਵੇਗਾ, ਆਪਾਂ ਪੂਰੀ ਦੁਨੀਆ ਨੂੰ ਦਰਸ਼ਨ ਕਰਵਾਵਾਂਗੇ। ਥੋੜੀ ਸੱਟ ਲੱਗੀ ਹੋਈ ਹੈ ਔਰ ਨਹੀਂ ਤੇ ਉਸ ਨੌਜਵਾਨ ਵੀ ਐਨਆਰਆਈ ਨਕੋਦਰ ਦੇ ਲਈ ਖੇਡਣਾ ਸੀ। ਆਓ ਸਾਹਮਣੇ ਇੱਕ ਪਾਸੇ ਕੁਲਦੀਪ ਸ਼ਿਕਾਰਾਂ ਵਾਲਾ, ਕੋਈ ਸ਼ਿਕਾਰਾਂ ਵਾਲਾ ਕਹਿੰਦਾ ਤੇ ਕੋਈ ਪੂਰਾ ਨਾਂ ਲੈਂਦਾ ਸ਼ਿਕਾਰ ਮਾਸ਼ੀਆਂ ਨੌਜਵਾਨ ਹੜਿੱਕਾ ਹੜਿੱਕਾ ਸਿਆਣ ਸਾਹਿਬ ਜਸਵੰਤ ਖੜਗ ਨੇ ਕਹਿੰਦੇ ਸ਼ੁਰੂ ਕੀਤੀ ਮੇਰੇ ਵੀਰੋ ਉੱਤਮ ਖੇਡ ਕਬੱਡੀ ਮੈਗਜ਼ੀਨ ਅੱਜ ਦੁਨੀਆ ਦੇ ਵਿੱਚ ਨਾਮ ਹੈ ਮਨਜੋਤ ਦੀ ਰੇਡ ਚਾਫੀ ਚਾਰ ਐਨਆਰਆਈ ਕਬੱਡੀ ਕਲੱਬ ਨਕੋਦਰ ਮੱਖਣ ਗੁੱਜਰ ਵੀ ਵਧੀਆ ਖਿਡਾਰੀ ਚਿੱਟੀ ਵਾਲਾ ਜੱਗਾ ਤੇ ਪੁਆਇੰਟ ਰੇਡਰ ਦਾ ਤਲਵਿੰਦਰ ਸਿੰਘ ਚੀੜਾ ਚੀੜਾ ਕਾਲੇ ਸੰਘਿਆਂ ਦਾ ਕਾਲਾ ਸੰਘਿਆਂ ਵਾਲਾ ਚੀੜਾ ਵੱਡੇ ਖਿਡਾਰੀਆਂ ਦਾ ਪਿੰਡ ਹੈ ਲਓ ਵੱਡੇ ਰੁਸਤਮਾਂ ਦਾ ਪਿੰਡ ਹੈ ਵੱਡੇ ਪ੍ਰਮੋਟਰਾਂ ਦਾ ਪਿੰਡ ਹੈ ਲਓ ਕੁਹਾਲੇ ਦਾ ਕਬੱਡੀ ਕੱਪ ਵੀ ਵੱਡਾ ਬਣ ਗਿਆ ਦੁਨੀਆ ਦੇ ਵਿੱਚ ਵੱਡਾ ਨਾਮ ਵੱਡਾ ਰੁਤਬਾ ਖੇਡ ਕਬੱਡੀ ਦਾ ਤਲਵਿੰਦਰ ਚੀੜਾ ਕਾਲਾ ਸੰਘਿਆਂ ਵਾਲਾ ਭੱਜਾ ਜਾਂਦਾ ਆਓ ਬੜਾ ਤੇਜ਼ ਤਰਾਰ ਕਬੱਡੀ ਖਿਡਾਰੀ ਇੱਕ ਹੋਰ ਤਾਜ਼ਾ ਖੇਡ ਕਬੱਡੀ ਨੂੰ ਮਿਲੂਗਾ ਆਉਣ ਵਾਲੇ ਸਮਿਆਂ ਦੇ ਵਿੱਚ ਵੱਡੇ ਸੁਪਰ ਸਟਾਰਾਂ ਦੇ ਤੌਰ ਤੇ ਬਣੂਗਾ ਜ਼ਿਕਰ ਲਓ ਕਬੱਡੀ ਪਾਉਣ ਦੇ ਵਾਸਤੇ ਕੌਣ ਰਾਜੂ ਕੋਟਲੇ ਭੜੀ ਵਾਲਾ ਮੈਦਾਨ ਦੇ ਵਿੱਚ ਵੱਧਦਾ ਹੋਇਆ ਕਬੱਡੀ ਖਿਡਾਰੀ ਬਈ ਫਿਰ ਰੇਡ ਤੇ ਕਿਹੜਾ ਫਿਰ ਨਕਰਨ ਦੀ ਕੋਸ਼ਿਸ਼ ਕਰੇਗਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗੈਰੀ ਯੂ ਐਸ ਏ ਵੱਲੋਂ ਬੈਸਟ ਏਡ ਦੇ ਜਾਫੀ ਨੂੰ 21,000 ਦੇ ਨਾਲ ਵੱਡੇ ਮਾਨ ਸਨਮਾਨ ਦਿੱਤੇ ਜਾਣੇ ਨੇ ਲੱਖੀ ਸੀਪਾ ਯੂ ਐਸ ਏ ਰਵੀ ਯੂ ਐਸ ਏ ਉਹਨਾਂ ਵੱਲੋਂ ਰੈੱਡ ਯੂ ਐਸ ਏ ਵੱਲੋਂ ਹੈਪੀ ਕੈਨੇਡਾ ਵੱਲੋਂ ਕਾਲੇ ਡਬਈ ਵੱਲੋਂ ਫਸਟ ਪ੍ਰਾਈਜ਼ ਸਪੋਂਸਰ ਕੀਤਾ ਗਿਆ ਸੈਕੰਡ ਪ੍ਰਾਈਜ਼ ਦੇਣ ਦੇ ਵਾਸਤੇ ਜੀਤਾ ਸ਼ਰਨਾ ਯੂ ਕੇ ਸਾਹ ਅਮਰੀਕ ਸਿੰਘ ਜੀ ਪ੍ਰਧਾਨ ਉਹਨਾਂ ਦਾ ਧੰਨਵਾਦ ਅਗਲੀ ਕਬੱਡੀ ਨਾਲ ਫਿਰ ਜੁੜੀ ਹਾਂ ਰੁਪਿੰਦਰ ਜੀ ਕਰ ਗੱਲ ਵੀ ਪੱਟੂ ਛੰਨਾ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਛੰਨਾ ਵਾਲਾ ਓ ਦੋ ਨੰਬਰ ਤੋਂ ਇਹ ਹੈ ਜੱਟ ਗੜੀ ਵਾਲਾ ਇਹਨੂੰ ਗੜੀ ਵਾਲਾ ਜੱਟ ਕਹਿੰਦੇ ਆ ਇਹ ਹੈ ਗੜੀ ਵਾਲਾ ਜੱਟ ਲਾਉਂਦਾ ਜੱਫਾ ਫਟਾਫਟ ਲਾਉਂਦਾ ਜੱਫਾ ਫਟਾਫਟ ਬਾਹ ਨੌਜਵਾਨਾਂ ਗੜੀ ਵਾਲਿਆ ਨਹੀਂ ਰੀਸਾ ਗੜੀ ਤਰਖਾਣਾ ਦਾ ਜੱਟ ਮਨਜੋਤ ਲਾਲੀ ਅੰਬਾ ਤੇ ਕੰਤਾ ਇਟਲੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਵੱਡਾ ਰੋਲ ਹੈ ਲਓ ਮਨਜੋਤ ਮਾਛੀਵਾੜੇ ਦਾ ਅਗਲੀ ਪਈ ਰੇਡ ਚਿੱਟੀ ਵਾਲਾ ਜੱਗਾ ਕਰਦਾ ਕੋਸ਼ਿਸ਼ ਸਤਸੋਹਣ ਸਿੰਘ ਦਾ ਪੁੱਤਰ ਦੁਨੀਆ ਦਾ ਬੰਨਿਆ ਪਰਵੰਨਿਆ ਕਬੱਡੀ ਖਿਡਾਰੀ ਪਰ ਪੁਆਇੰਟ ਤਾਵੀ ਦੇ ਹਿੱਸੇ ਦੇ ਵਿੱਚ ਇੱਕ ਹੋਰ ਨੰਬਰ ਜੁੜਦਾ ਹੋਇਆ ਅਗਲੀ ਜੱਗੇ ਦੇ ਵਾਸਤੇ 1,000 ਰੁਪਈਆ ਤੇਜਿੰਦਰ ਸਿੰਘ ਜੀ ਯੂਕੇ ਤੋਂ ਤੇਜਿੰਦਰ ਸਿੰਘ ਜੀ ਯੂਕੇ ਜੱਗੇ ਚਿੱਟੀ ਦੇ ਵਾਸਤੇ 1,000 ਰੁਪਏ ਦਾ ਮਾਨ ਸਨਮਾਨ ਭੇਜ ਦਿਓ ਮੱਖਣ ਅਲੀ ਜੀ ਮੈਂ ਗਲਤ ਨਾ ਹੋਵਾਂ ਤੇ ਆਹ ਮੁੰਡੇ ਦੇ ਵਿੱਚੋਂ ਭੁਲੇਖਾ ਨਵੇਂ ਪੀੜ੍ਹੀ ਕਮਲ ਦਾ ਪੈਂਦਾ ਅੰਦਾਜ਼ ਵੀ ਉਹੀ ਹੈ ਟੱਚ ਵੀ ਉਹੀ ਨੇ ਭਜਣੀ ਵੀ ਉਹੀ ਹੈ ਤੌਰ ਵੀ ਉਹੀ ਹੈ ਸਰੀਰ ਵੀ ਉਹੀ ਹੈ ਆਹ ਸਾਹਮਣੇ ਵੇਖਦਾ ਪਰ ਜੱਟ ਹੈ ਬਈ ਜੇ ਜੱਟ ਦਾ ਜੱਫਾ ਵਧੀਆ ਲੱਗਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਜੱਫੇ ਪੈ ਜਾਂਦੇ ਆ ਪ੍ਰੋਫੈਸਰ ਸਾਹਿਬ ਕਹਿੰਦੇ ਵੀ ਜੱਫੇ ਕਿਹਨੂੰ ਨਹੀਂ ਪੈਂਦੇ ਜੱਫੇ ਪੈ ਜਾਂਦੇ ਆ ਹਰ ਇੱਕ ਨੂੰ ਜੱਫਾ ਪੈਂਦਾ ਸੋਢੀ ਨਾਗਰਾ ਸਾਹਿਬ ਕੋਈ ਪਲ ਜਿਹੜਾ ਮਿਸ ਨਾ ਕਰਿਓ ਸਾਈਡ ਨੂੰ ਨਾ ਦੇਖੋ ਹੁਣ ਦੇਖੋ ਗਰਾਊਂਡ ਅੰਦਰ ਗੱਲਾਂ ਹੋਣਗੀਆਂ ਮੇਰੇ ਵੀਰੋ ਰੇਡੀਓ ਤੇ ਵੀ ਰੌਣਕ ਪੰਜਾਬ ਦੀ ਪਰ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਨਾਮ ਹੈ ਔਰ ਅੱਜ ਵਿਸ਼ੇਸ਼ ਤੌਰ ਤੇ ਧੰਨਵਾਦ ਕਬੱਡੀ 365.com ਚਾਲ ਜੀ ਉਹਨਾਂ ਦਾ ਧੰਨਵਾਦ ਹੈ ਰਵੀ ਨਾਗਰਾ ਜੀ ਯੂ ਐਸ ਏ ਦਾ ਧੰਨਵਾਦ ਤੇ ਸੁਖਜਿੰਦਰ ਸਿੰਘ ਜੀ ਪੱਤੜ ਜਿੰਦਰ ਪੱਤੜ ਇੰਦਰਜੀਤ ਸਿੰਘ ਜੀ ਚਾਲ ਤੇ ਗੱਗੂ ਚਾਲ ਉਹਨਾਂ ਦਾ ਸਾਰੇ ਵੀਰਾਂ ਦਾ ਬਹੁਤ ਵੱਡਾ ਰੋਲ ਹੈ ਬਹੁਤ ਬਹੁਤ ਧੰਨਵਾਦ ਕੱਲ੍ਹ ਨੂੰ ਦਿਆਲਪੁਰ ਦਾ ਕਬੱਡੀ ਕੱਪ ਆਪ ਸਭ ਨੂੰ ਸੱਦੇ ਦਿੱਤੇ ਜਾ ਰਹੇ ਨੇ ਸ਼ੇਰੂ ਗਰੁੱਪ ਤੇ ਗੁਰਪੇਜ ਪੱਤੜ ਗੁਰਪੇਜ ਪੱਤੜ ਦਾ ਮੋਟਰਸਾਈਕਲ ਦੇ ਨਾਲ ਬੁਲਟ ਮੋਟਰਸਾਈਕਲ ਦੇ ਨਾਲ ਸ਼ੇਰੂ ਗਰੁੱਪ ਵੱਲੋਂ ਦਿਆਲਪੁਰ ਦੇ ਕਬੱਡੀ ਕੱਪ ਕੱਲ੍ਹ 12 ਤਰੀਕ ਨੂੰ ਮਾਨ ਸਨਮਾਨ ਹੋਣਗੇ ਲਓ ਕਬੱਡੀ ਮੈਦਾਨ ਦੇ ਵਿੱਚ ਪਾਉਣ ਦੇ ਵਾਸਤੇ ਵਾਧਾ ਹੋਇਆ ਮਨਜੋਤ ਮਾਛੀਵਾੜੇ ਦਾ ਅਗਲੀ ਪਈ ਹੋਰ ਰੇਡ ਕਿਹੜਾ ਐਨਆਰਆਈ ਕਬੱਡੀ ਕਲੱਬ ਨਕੋਦਰ ਦੀ ਟੀਮ ਦਾ ਲਾਊਗਾ ਜੱਫਾ ਬੱਗੇ ਪਿੰਡੀਏ ਮੰਗੀ ਕਿੰਗ ਕਬੱਡੀ ਖਿਡਾਰੀ ਦੀ ਅਗਵਾਈ ਇਸ ਟੀਮ ਦੇ ਵਾਸਤੇ ਲਓ ਇੱਧਰ ਪੁਆਇੰਟ ਇਹ ਆ ਮਨਜੋਤ ਸਿੰਘ ਤੇ ਅਗਲੀ ਰੇਡ ਦੇ ਨਾਲ ਫਿਰ ਜੁੜੀ ਕਾਲਾ ਭੂਰੀ ਭੂਰੀ
ਛੰਨਾ ਵਾਲਾ ਫਤਿਹਗੜ੍ਹ ਛੰਨਾ ਦਾ ਭੂਰੀ ਪੱਟੂ ਦਾ ਵੀਰ ਹੈ, ਹਰਦੀਪ ਪੱਟੂ ਦਾ ਵੀਰ ਭੂਰੀ ਛੰਨਾ ਵਾਲਾ ਕਬੱਡੀ ਪਾ ਰਿਹਾ। ਬਾਬੇ ਨੇ ਮਿਹਰ ਕੀਤੀ ਤਾਂ ਗੋਪਾ ਬੈਂਸ, ਕੰਤਾ ਧਾਲੀਵਾਲ, ਗੋਲਡੀ ਸੋਤਾ, ਦਰਸ਼ਨ ਨਿੱਜਰ, ਦੀਪੇ ਖਾਖੁਣਾ ਦੀ ਖੇਡ ਕਲੱਬ ਸ਼ਰਨ ਵੱਲ ਕਬੱਡੀ ਕਲੱਬ ਦੇ ਲਈ ਨਿਊਜ਼ੀਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਮਾਰਚ ਦਾ ਸੀਜ਼ਨ ਖੇਡੇ ਗਏ। ਇਹ ਹੈ ਨੌਜਨ ਗੱਭਰੂ ਛੰਨਾ ਵਾਲਾ। ਹਾਫ ਟਾਈਮ ਹੋ ਗਿਆ ਕੇਸ ਨਿੰਨੀ ਜੀ, ਹਾਫ ਟਾਈਮ ਤੱਕ ਦੇ ਸਕੋਰ ਸਿਆਣ ਸਾਹਿਬ ਦੱਸਿਓ ਕਿੰਨੇ ਹੈ। ਦੋਸਤੋ ਇਸ ਮੈਚ ਦਾ ਹਾਫ ਸਮਾਂ ਹੋ ਗਿਆ, ਹਾਫ ਸਮੇਂ ਤੇ ਭਗਵਾਨਪੁਰ ਦੇ 18.5 ਪੁਆਇੰਟ ਨੇ ਤੇ NRI ਨਕੋਦਰ ਦੇ 18 ਪੁਆਇੰਟ ਨੇ। ਮਤਲਬ ਮੈਚ ਹਜੇ ਤੱਕ ਦਾ ਬਰਾਬਰ ਚੱਲ ਰਿਹਾ। ਹੁਣ ਤੱਕ ਦਾ ਮੈਚ ਤੁਹਾਨੂੰ ਕਿਹੋ ਜਿਹਾ ਲੱਗਿਆ ਇਹ ਤੁਸੀਂ ਕਮੈਂਟ ਬਾਕਸ 'ਚ ਲਿਖਣਾ। ਕਿਹੜੇ ਕਿਹੜੇ ਤੁਹਾਡੇ ਪਸੰਦੀਦਾ ਖਿਡਾਰੀ ਇਸ ਮੈਚ ਵਿੱਚ ਖੇਡ ਰਹੇ ਨੇ ਉਹ ਵੀ ਤੁਸੀਂ ਕਮੈਂਟ ਬਾਕਸ 'ਚ ਲਿਖ ਦੇਣਾ ਹੈਗਾ। ਔਰ ਜੇਕਰ ਤੁਸੀਂ ਇਸ ਤਰ੍ਹਾਂ ਦੇ ਹੋਰ ਵੀ ਮੈਚ ਗਰਾਊਂਡ ਦੇ ਵਿੱਚ ਜਾ ਕੇ ਦੇਖੇ ਨੇ ਤਾਂ ਉਹਨਾਂ ਮੈਚਾਂ ਬਾਰੇ ਤੁਸੀਂ ਸਾਨੂੰ ਕਮੈਂਟ ਬਾਕਸ ਜ਼ਰੂਰ ਦੱਸਣਾ ਤਾਂ ਕਿ ਅਸੀਂ ਉਹਨਾਂ ਮੈਚਾਂ ਨੂੰ ਸਾਡੀ ਇਸ ਲੜੀ ਦੇ ਵਿੱਚ ਜਿਹੜੀ ਬੈਸਟ ਮੈਚ ਵਾਲੀ ਲੜੀ ਹੈ ਇਹਦੇ ਵਿੱਚ ਸ਼ਾਮਿਲ ਕਰ ਸਕੀਏ। ਇੰਜੋਏ ਕਰੋ ਇਸ ਮੈਚ ਨੂੰ, ਪੂਰੀ ਦੁਨੀਆ ਦੇ ਵਿੱਚ ਲਾਈਵ ਦਿਖਾਇਆ ਜਾ ਰਿਹਾ ਹੈ। ਆਰਮੀ ਤੋਂ ਸਾਡੇ ਵੀਰ ਨੇ ਉਹ ਵੀ ਮੁਬਾਰਕਬਾਦ ਭੇਜ ਰਿਹਾ ਸਮੁੱਚੇ ਨਗਰ ਨੂੰ ਵੀ ਬਹੁਤ ਵਧੀਆ ਟੂਰਨਾਮੈਂਟ ਖੇਡਿਆ ਗਿਆ। ਜਿੰਨੇ ਵੀ ਸਾਡੇ ਆਰਮੀ ਵਾਲੇ, ਕਈ ਪੰਜਾਬ ਪੁਲਿਸ ਦੇ, ਇੱਕ ਦਿਨ ਫੋਨ ਆਇਆ ਵੀ ਲੱਡਾ ਕੋਠੀ ਤੋਂ ਲਾਈਵ ਦੇਖ ਰਹੇ ਹੈ ਜਸ਼ਨ ਆਰਮੀ ਵਾਲੇ ਵੀਰਾਂ ਦਾ। ਜਸ਼ਨ ਰਵੀ ਨਾਗਰੇ ਦਾ ਵੀਰ ਹੈ, ਉਸ ਵੱਲੋਂ ਆ ਨੰਬਰ ਲਈ 500 ਦਿੱਤਾ ਜਾਊਗਾ, ਆ ਨੰਬਰ ਲਈ 500 ਦਿੱਤਾ ਜਾਊਗਾ। 500 ਜਸ਼ਨ 18 ਤੋਂ 19 ਨੰਬਰ ਕਰ ਦਿੱਤੇ ਆ ਮੱਖਣ ਅਲੀ ਜੀ। ਹੁਣ ਰਾਜੂ ਕਹਿੰਦੇ 18.5 ਤੋਂ 19 ਕਰੂਗਾ ਜਾਂ ਫਿਰ ਨਕੋਦਰੀਏ 19 ਤੋਂ 20 ਕਰਨਗੇ। ਆ ਚਿੱਟੀ ਵਾਲਾ ਜੱਗਾ ਚਿੱਟੀ, ਜੱਗਾ ਚਿੱਟੀ, ਜੱਗਾ ਚਿੱਟੀ, ਇੱਕ ਪਾਸੇ ਜੱਗਾ ਚਿੱਟੀ ਵਾਲਾ ਜਿਹੜਾ ਪਹਿਲੀ ਵਾਰ ਬਾਈ ਕੈਟੋ ਕਬੱਡੀ ਕਲੱਬ ਦੇ ਲਈ ਨਿਊਜ਼ੀਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਖੇਡਿਆ, ਸੁਪਰੀਮ ਸਿੱਖ ਸੁਸਾਇਟੀ ਦੇ ਸੱਦੇ ਤੇ, ਫਿਰ ਮੈਟਰੋ ਨੇ ਚੋਣ ਕੀਤੀ। ਆ ਚਿੱਟੀ ਵਾਲਾ ਜੱਗਾ 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 ਤੇ ਪਾਏ ਰੇਡਰ ਦਾ ਭਾਈ ਸਵਾਲ ਆਇਆ ਕਿ ਨਹੀਂ। ਤਾੜੀਆਂ, ਤਾਜੇ ਦੀਆਂ 3 ਕਬੱਡੀਆਂ 5000 ਦੀਆਂ ਰਵੀ ਨਾਗਰਾ, ਸੋਰੀ ਸੋਢੀ ਨਾਗਰਾ ਜੀ ਵੱਲੋਂ ਤਾਜੇ ਦੀਆਂ 3 ਕਬੱਡੀਆਂ 5000 ਦੀਆਂ ਨੇ। ਜੱਗੇ ਚਿੱਟੀ ਦੇ 2 ਜਫੇ ਰਵੀ ਨਾਗਰਾ ਵੱਲੋਂ 5000 ਦੇ ਹੋਣਗੇ। ਜੱਗੇ ਚਿੱਟੀ ਦੇ 2 ਜਫੇ ਲਗਾਤਾਰ ਜੇ ਲੱਗ ਗਏ ਜੱਗੇ ਚਿੱਟੀ ਵਾਲੇ ਦਾ। ਹੁਣ ਤੋਂ ਹਰ ਇੱਕ ਜਫਾ ਮੈਟਰੋ ਕਬੱਡੀ ਕਲੱਬ ਦੇ ਮਲਕੀਤ ਦਿਓਲ ਤੇ ਨਾਲ ਗੁਰਦੀਪ ਪਟਵਾਲ ਜੀ ਹੋਣਾ ਵੱਲੋਂ 1000 ਦਾ ਹੋਵੇਗਾ। ਜਿੰਨੇ ਵੀ ਜੱਫੇ ਹੋਣਗੇ ਚਿੱਟੀ ਵਾਲੇ ਜੱਗੇ ਦੇ, ਹਰ ਇੱਕ ਜੱਫਾ 1000 ਦਾ। ਔਰ ਸਾਹਮਣੇ ਵੇਖਦਾ ਵੀ ਇੱਕ ਪਾਸੇ ਜਿੰਦਰ ਸਿੰਧਣਾ ਵਾਲਾ ਤੇ ਦੂਜੇ ਪਾਸੇ ਮਨਜੋਤ ਮਾਛੀ ਵਾਲਾ ਸਾਹਿਬ ਦਾ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ। ਸੋਨੂ ਤਲਵਿੰਦਰ ਪਾਲ ਸਿੰਘ ਜੀ ਭੋਲਾ ਸਰਪੰਚ ਅਲੀ ਚੱਕ ਤੇ ਮੋਤਾ ਸਿੰਘ ਜੀ ਸਰਪੰਚ ਅਲੀ ਚੱਕ ਤੇ ਸ਼ਿੰਦਰਪਾਲ ਭੋਲਾ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਲਓ ਅਗਲੀ ਕਬੱਡੀ ਨਾਲ ਜੁੜੇ ਸਾਹਿਬ ਮਹਿੰਦਰ ਸਿੰਘ ਜੀ USA ਵਾਲਿਆਂ ਦਾ ਧੰਨਵਾਦ ਜਿਨ੍ਹਾਂ ਨੇ ਵੱਡੇ ਮਾਨ ਸਨਮਾਨ ਭੇਜੇ। ਲਓ ਅਗਲੀ ਕਬੱਡੀ ਦੇ ਨਾਲ ਮੈਦਾਨ ਦੇ ਨਾਲ ਫਿਰ ਜੁੜੀਏ। ਬੋਲੇਗਾ ਤਾਵਾ, ਖੇਡਿਆ ਜਾ ਰਿਹਾ ਮੁਕਾਬਲਾ ਬਹੁਤ ਦਿਲਚਸਪ। ਕਲਿਆਣਾ ਵਾਲਾ ਤਿਆਰ ਹੈ, ਨਾਲ ਦੇਖਦੇ ਵੀ ਕੁਲਦੀਪ। ਲਓ ਇੱਕ ਕਨੀ ਦੇ ਉੱਪਰ ਦੇਖ ਕਿਹੜਾ ਨੌਜਵਾਨ ਕਿਹੜੇ ਅੰਦਾਜ਼ ਨਾਲ ਪੁਰ ਹੀਰਾ ਵਾਲਾ ਲਾਓ ਜੱਫਾ ਕੇ ਨਹੀਂ। ਇਹ ਹੈ ਕੁਲਦੀਪ ਸ਼ਿਕਾਰ ਮਾਸੀਆਂ ਵਾਲਾ, ਡੱਕ ਲੈਣ ਦੀ ਕੋਸ਼ਿਸ਼ ਕਰਦਾ, ਭਰੀ ਜਾ ਰਹੀ ਮਗਲ। ਲਓ ਕਬੱਡੀ 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 ਦੇ ਪੁਆਇੰਟ ਧਾਵੀ ਦੇ ਇਸ। ਇਹ ਹੈ ਕਾਲਾ ਕਮਲ, ਕਮਲ ਹੈ ਦੂਜਾ, ਕਮਲ ਹੈ ਕਬੱਡੀ ਦਾ ਕਾਲਿਆ। ਮਿਹਨਤ ਕਰਨੀ ਆ ਫਿਰ ਉਹ ਮੁਕਾਮ ਮਿਲਣਾ ਨੌਜਵਾਨ ਹੈ। ਉਸ ਮੁੰਡੇ ਨੇ ਵੀ ਬੜੀ ਮਿਹਨਤ ਕੀਤੀ ਹੈ, ਕਮਲ ਨਵੇਂ ਪਿੰਡੀਏ ਨੇ, ਔਰ ਤੂੰ ਵੀ ਮਿਹਨਤ ਕਰਨੀ ਆ ਤੇ ਫਿਰ ਨਾ ਬਣਨਾ। ਔਰ ਸਾਹਮਣੇ ਨਗਲੇ ਵਾਲਾ ਕਾਕਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ। ਜਾਫੀ 4 ਨੇ, ਹੁਣ 4 ਦੇ ਵਿੱਚੋਂ ਕੌਣ ਆਓ ਮੁਕਾਬਲਾ
ਮੱਖਣ ਇਬਣ ਵਾਲਾ ਗੁੱਜਰ ਰਾਹ ਤਕੜਾ ਜੱਫਾ ਕਿ ਜਿੱਤ ਦਾ ਸਭ ਨੂੰ ਸ਼ੌਂਕ, ਹਾਰਨਾ ਕੋਈ ਵੀ ਚਾਹੁੰਦਾ ਨਹੀਂ, ਵਿੱਚ ਮੈਦਾਨ ਦੇ ਕੋਈ ਕਿਸੇ ਤੋਂ ਘੱਟ ਕਹਾਉਂਦਾ ਨਹੀਂ, ਲੰਘਿਆਣੀਆਂ ਯੋਧੇ ਰੱਖੇ ਹੌਸਲੇ ਲੋੜਿਆਂ ਦੇ ਤੇ ਡਿੱਗ ਡਿੱਗ ਕੇ ਹੀ ਹੁੰਦੇ ਨੇ ਅਸਵਾਰ ਘੋੜਿਆਂ ਦੇ, ਡਿੱਗ ਡਿੱਗ ਕੇ ਹੀ ਹੁੰਦੇ ਨੇ ਅਸਵਾਰ ਘੋੜਿਆਂ ਦੇ ਕਿ ਡਿੱਗਣ ਕੋਲੋਂ ਕਦੇ ਡਰੀਏ ਨਾ, ਕੋਈ ਡਿੱਗਦਾ ਕੋਈ ਬਣਦਾ ਘੋੜ ਸਵਾਰ ਜਦੋਂ ਉਦੋਂ ਵੀ ਡਿੱਗਣਾ ਪੈਂਦਾ ਹੈ, ਹੋਏ ਕੁਸ਼ਤੀ ਦੋ ਵਿਚਕਾਰ ਜਦੋਂ ਉਦੋਂ ਵੀ ਡਿੱਗਣਾ ਪੈਂਦਾ ਹੈ। ਲਾ ਪੂਰੀ ਦੀ ਪਈ ਰੇਡ, ਹੁਣ ਦੇਖਦੇ ਵੀ ਕਿਹੜਾ ਡਿੱਗ ਕੇ ਲਾਊ ਜਫਾ, ਪੁੱਠੀ ਲੱਗੂਗੀ ਕਿ ਨਹੀਂ। ਲਾਓ ਇਧਰੇ ਪਾਸੇ ਮੈਦਾਨ ਦੇ ਵਿੱਚ ਦੇਖਦੇ ਵੀ ਹੁੰਦੀ ਹੋਈ, ਬਹਿ ਜਾ ਅਗਲੀ ਰੇਡ ਪਾਉਣ ਦੇ ਲਈ ਮਨਜੋਤ ਮਾਛੀਵਾੜੇ ਦਾ ਵਾਧਾ ਹੋਇਆ ਕਬੱਡੀ ਖਿਡਾਰੀ। ਜੇ ਚਿੱਟੀ ਵਾਲਾ ਦੋ ਜਫੇ ਲਾ ਕੇ ਤਾਂ 5000 ਨਵੀਂ ਨਾਗਰੇ ਉਹਨਾਂ ਵੱਲੋਂ ਮਾਨ ਸਨਮਾਨ ਹੋਣਗੇ। ਲਾਓ ਅਗਲੀ ਰੇਡ ਦੇ ਨਾਲ ਫਿਰ ਜੁੜੀਏ ਮੈਦਾਨ ਦੇ ਨਾਲ। ਅਗਲੀ ਰੇਡ ਕਾਲਾ ਧੂਰਕੋਟੀਆਂ ਰੂੜੇ ਕੇ ਧੂਰਕੋਟ ਪਿੰਡ ਹੈ ਮੇਰੇ ਵੀਰੋ, ਬਰਨਾਲੇ ਦੇ ਲਾਗੇ ਧੌਲਾ ਟ੍ਰਾਈਡੈਂਟ ਦੇ ਲਾਗੇ ਪਿੰਡ ਹੈ, ਰਾਮਪੁਰਾ ਫੂਲ ਹੈ ਮੇਰੇ ਵੀਰੋ, ਮੰਡੀ ਹੈ ਦੱਬਾ ਮੰਡੀ ਹੈ, ਔਰ ਉੱਥੇ ਕਰਕੇ ਇਸ ਖਿਡਾਰੀ ਦਾ ਪਿੰਡ ਹੈ। ਇਹ ਹੈ ਨੌਜਵਾਨ ਮੇਰੇ ਵੀਰੋ ਕਾਲਾ, ਧੂਰਕੋਟ ਵਾਲਾ ਕਬੱਡੀ ਪਾਰ ਹੈ, NRI ਕਬੱਡੀ ਕਲੱਬ ਨਕੋਦਰ ਦੀ ਟੀਮ ਵੱਲੋਂ। ਸਾਰੇ ਕਬੱਡੀ ਦੇ ਪ੍ਰੇਮੀਆਂ ਦਾ ਬਹੁਤ ਬਹੁਤ ਧੰਨਵਾਦ। ਸਰ ਜਸਵੰਤ ਸਿੰਘ ਜੀ ਸੋਲ ਪਿੰਦੇ ਬਾਕਸਰ ਦੇ ਪਿਤਾ ਜੀ ਵੀ ਸਾਡੇ ਕੋਲ ਆਏ ਨੇ, ਧੰਨਵਾਦ ਜੀ ਆਇਆਂ ਨੂੰ। ਤਾਂ ਬੱਲੇ 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 ਲਓ ਕਬੱਡੀ ਕਬੱਡੀ ਦੇ ਮੁਬਾਰਕਬਾਦ ਹੈ। ਪਿੰਦਾ ਬਾਕਸਰ ਵੀ ਇਟਲੀ ਜਾ ਵਸਿਆ, ਜਸਵੰਤ ਸਿੰਘ ਜੀ ਸੋਲ ਸਾਹਿਬ ਅਚੇਚੇ ਤੌਰ ਤੇ ਪੁੱਜੇ ਹੋਏ ਹੈ। ਰਵੀ ਨਾਗਰੇ ਦੇ ਨਾਲ ਪਿੰਦੇ ਬਾਕਸਰ ਦਾ ਭਰਾਵਾਂ ਤੋਂ ਵੱਧ ਕੇ ਪਿਆਰ ਹੈ। ਕਾਲਾ ਧੂਰਕੋਟੀਆਂ ਦੂਜਾ ਕਾਲਾ ਧੂਰਕੋਟੀਆਂ ਦੀ ਕਬੱਡੀ ਦੇ ਰੁਪਿੰਦਰ ਜੀ 1000 ਰੁਪਈਆ ਇਸੇ ਨੰਬਰ ਤੇ ਸੋਢੀ ਨਾਗਰਾ ਕਹਿੰਦਾ ਵੀ ਰੌਣਕ ਪੰਜਾਬ ਦੀ ਵੱਲੋਂ 1000 ਕਾਲੇ ਦੇ ਵਾਸਤੇ ਮਾਨ ਸਨਮਾਨ। ਲਾਓ ਪੁੱਜਦਾ ਕਰਦੇ ਵੀ ਦੀਪਿਆ ਉਧਰੇ ਪਾਸੇ ਮਾਨ ਸਨਮਾਨ ਕਾਲੇ ਦੇ ਵਾਸਤੇ। ਲਾਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਵੱਧਦਾ ਹੋਇਆ ਦੀਪਾ ਜੋ ਜ਼ੋਰ ਲੱਗਾ ਹੋਇਆ ਸਾਰੇ ਨੌਜਵਾਨਾਂ ਦਾ, ਸਾਰਿਆਂ ਦਾ ਧੰਨਵਾਦ। ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਜੋੜੇ ਸਿੰਘਾਂ ਵਾਲਾ ਸੋਖਾ ਮੈਦਾਨ ਦੇ ਵਿੱਚ, ਚਿੱਟੀ ਵਾਲਾ ਕਰਦਾ ਕੋਸ਼ਿਸ਼, ਜੱਗਾ ਛੇਲਾ ਜੱਗਾ ਮੈਦਾਨ ਦੇ ਅੰਦਰ, ਜੇ ਦੂਸਰਾ ਵੀ ਲੱਗਾ ਤੇ 5000 ਹੋਊਗਾ। ਰਵੀ ਨਾਗਰੇ ਉਹਨਾਂ ਵੱਲੋਂ ਮਾਨ ਸਨਮਾਨ। ਲਓ ਚਿੱਟੀ ਵਾਲਾ ਜੱਗਾ ਬਹੁਤ ਤਕੜੇ ਜਫੇ ਦੀ ਕੋਸ਼ਿਸ਼ ਕਰਦਾ ਹੋਇਆ, ਗੱਲ ਕੀ ਬਣਦੀ ਬਹੁਤ ਤਕੜਾ ਜਫਾ, ਕਮਾਲ ਹੁੰਦੀ ਹੋਈ ਦੋ ਖਿਡਾਰੀਆਂ ਦੇ ਦਰਮਿਆਨ ਚੱਲਦਾ ਸੰਘਰਸ਼ ਤੇ ਪੈਰ ਚਿੱਟੀ ਵਾਲਾ ਜੱਗਾ ਸਿਰੇ ਦਾ ਜਾਫੀ। ਮੈਟਰੋ ਕਬੱਡੀ ਕਲੱਬ ਦੇ ਮਲਕੀਤ ਦਿਓਲ ਜੀ, ਗੁਰਦੀਪ ਸਿੰਘ ਜੀ ਟਵਾਲ 1000 ਰੁਪਈਆ ਚਿੱਟੀ ਵਾਲੇ ਜੱਗੇ ਦੇ ਲਈ ਪੁੱਜਦਾ ਕਰਦੇ ਆ। ਹਾਂ ਮੈਨੂੰ ਲੱਗਦਾ ਪੰਜਵਾਂ ਜੱਫਾ ਹੋ ਗਿਆ ਸਿਆਣ ਸਾਹਿਬ। ਹਾਂ ਕਬੱਡੀ ਨਿੱਕੂ ਕਲਿਆਣ ਤੇ ਨਿੱਕੂ ਤੇ ਚੀੜਾ ਮੱਖਣ ਅਲੀ ਜੀ 21000 ਕਿਹਦੇ ਵੱਲੋਂ ਦਿੱਤਾ ਜਾਣਾ ਅੱਜ ਦੇ ਬੈਸਟਾਂ ਨੂੰ ਦੱਸਿਓ ਜਰਾ, ਪਹਿਲੇ ਦੂਜੇ ਪ੍ਰਾਈਜ਼ ਤੇ ਵੀ ਝਾਤ ਮਾਰਿਓ ਵੀ ਕਿਹਨਾਂ ਵੱਲੋਂ USA ਗੈਰੀ USA ਸਾਨੂੰ ਸਾਥ ਸਰਬਜੀਤ ਸਿੰਘ ਜੀ ਉਹਨਾਂ ਵੱਲੋਂ 21000 ਰੁਪਈਆ ਬੈਸਟ ਰੇਟ ਦੇ ਜਾਫੀ ਦੇ ਵਾਸਤੇ ਮਾਨ ਸਨਮਾਨ ਹੋਣਗੇ। ਲਓ ਇੱਧਰ ਕਮਾਲ ਹੁੰਦੀ ਹੋਈ ਤੇ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਅੰਕ ਜੁੜਦਾ ਹੋਇਆ ਮਲਕੀਤ ਸਿੰਘ ਜੀ ਦਿਓਲ ਸਾਹਿਬ ਉਹਨਾਂ ਦਾ। ਸੋਢੀ ਨਾਗਰਾ ਜੀ ਕਹਿੰਦੇ ਵੀ ਮੇਰੇ ਵੱਲੋਂ ਸਪੈਸ਼ਲ ਥੈਂਕ ਯੂ ਹੈ, ਮੈਟਰੋ ਪੰਜਾਬੀ ਸਪੋਰਟਸ ਕਲੱਬ ਦਾ ਵੱਡਾ ਨਾਮ ਹੈ, ਹੋਰ ਜਿੰਨੇ ਵੀ ਵੱਡੇ ਪ੍ਰਮੋਟਰ ਅੱਜ ਕੁਹਾਲੇ ਦੇ ਕਬੱਡੀ ਕਲੱਬ ਦੇ ਪੁੱਜੇ ਨੇ ਸਾਰਿਆਂ ਨੂੰ ਜੀ ਆਇਆਂ ਨੂੰ। ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਕਾਲਾ ਫਿਰ ਮੈਦਾਨ ਦੇ ਵਿੱਚ ਵਾਧਾ ਹੋਇਆ ਧੂਰਕੋਟੀਆ ਕਮਾਲ ਕਰਦਾ, ਧੂਰਕੋਟੀਆ ਕਾਲਾ ਕਬੱਡੀ ਦਾ ਦੂਜਾ ਨਵੇਂ ਪਿੰਡੀਆ ਕਮਲ, ਕਿਆ ਬਾਤ ਹੈ। ਨਹੀਂ ਉਹ ਰੀਸਾਂ ਨੌਜਵਾਨਾਂ ਤੇਰੀਆਂ ਮਿਹਨਤ ਕਰਨੀ ਪੈਣੀ ਹੈ, 2000 ਆ ਗਿਆ ਕਹਿੰਦੇ ਜੇ ਜੱਗੇ ਦੇ ਹੁਣ 2 ਜਫੇ ਲੱਗੇ ਤੇ 7000 ਹੋ ਜਾਊਗਾ। ਰਵੀ ਨਾਗਰਾ ਹੈਪੀ ਔਲਖ ਉਹਨਾਂ ਵੱਲੋਂ, ਬਿੰਦਰ ਉਹਨਾਂ ਵੱਲੋਂ 5000, ਸ਼ੇਰ ਸਿੰਘ ਜੀ ਉਹਨਾਂ ਵੱਲੋਂ 2000, ਜੱਗੇ ਚਿੱਟੀ ਦੇ 2 ਜਫੇ 7000 ਦੇ ਹੋਣਗੇ। ਮੁੰਡੇ ਨੇ ਸਵਾਦ ਵਾਲੀ ਗੱਲ ਕਰ ਦਿੱਤੀ ਮੱਖਣ ਵਾਲੀ ਜੀ, ਦੂਜੀ ਮੋੜਤੀ ਹੈ
ਕਹਿੰਦੇ ਜਿਹੜਾ ਡਬਲ ਡਬਲ ਮੋੜੇ ਨਾ ਜਗਤਾਰ ਜੀ ਉਹਨੂੰ ਦੁਨੀਆ ਮੰਨਦੀ ਆ ਵੀ ਵਾਕਈ ਸਵਾਦ ਵਾਲੀ ਗੱਲ ਹੈ। ਨਾਗਰਾ ਕਹਿੰਦਾ ਰੁਪਿੰਦਰ ਜੀ 3000 ਸਾਡਾ 10000 ਦੇ ਜੋ ਦੋ ਜਫੇ ਹੋਣਗੇ ਜੱਗੇ ਚਿੱਟੀ ਦੇ ਦੋ ਜਫੇ 10000 ਦੇ ਹੋਣਗੇ ਦੀਪਾ ਤੇ ਸੋਢੀ ਕਾਲਾ ਧੂਰ ਕੋਟੀਆ ਤੇ ਪੁਆਇੰਟ ਰੇਡਰ ਦਾ ਨਕੋਦਰ ਦੀ ਟੀਮ ਨੂੰ 2000 ਜੁਰਮਾਨਾ ਕਹਿੰਦੇ ਦੋ ਕੋਚ ਨੇ ਫੈਡਰੇਸ਼ਨ ਵੱਲੋਂ ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਵੱਲੋਂ 2000 ਰੁਪਇਆ ਜੁਰਮਾਨਾ ਜੀ ਤਾਰ ਧਨੋਲਾ ਜੀ ਅਨਾਊਂਸ ਕਰਵਾਉਂਦੇ ਆ ਵੀ 2000 ਜੁਰਮਾਨਾ ਕਰ ਦਿਓ ਵੀ ਦੋ ਕੋਚ ਨੇ। ਭਾਜੀ ਮੈਂ ਤੇ ਜਿੱਦਾਂ ਹੁਕਮ ਹੋ ਗਿਆ ਤੇ ਆਪਾਂ ਹੁਕਮ ਵਜਾਤਾ ਹੈ ਜੇ ਤੁਸੀਂ ਕੋਚ ਹੈਗੇ ਹੋ ਤੇ ਚਾਹੇ ਨਹੀਂ ਹੈਗੇ ਪਰ ਜਿੱਦਾਂ ਵੀ ਉਧਰ ਬੇਨਤੀ ਆਈ ਤੇ ਆਪਾਂ ਉਵੇਂ ਬੇਨਤੀ ਕਰ ਦਿੱਤੀ ਹੈ। ਇੱਕ ਜਫਾ ਲੱਗੂਗਾ ਤੇ ਨਾਲ ਹੀ ਦੂਸਰਾ ਤਾਂ 10000 ਦੇ ਮਾਨ ਸਨਮਾਨ ਨੇ ਐਨਆਰਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਸੋਢੀ ਨਾਗਰਾ ਜੀ ਰਵੀ ਨਾਗਰਾ ਜੀ ਬਿੰਦਰ ਜੀ ਦੀਪੇ ਉਹਨਾਂ ਦਾ ਧੰਨਵਾਦ। ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਦੇਖਦੇ ਵੀ ਪੂਰੀ ਫਤਿਹਗੜ੍ਹ ਛੰਨਾ ਵਾਲਾ ਅੰਮ੍ਰਿਤ ਵਰਗੇ ਨੌਜਵਾਨ ਖੇਡਦੇ ਪਾਲੀ ਵਰਗੇ ਬਹਿਰਾ ਬਹਿਰਾ ਕਰਾਉਣ ਵਾਲੀ ਗੱਲ ਕਰਦੇ ਲਾ ਪਈ ਰੇਡ ਤੇ ਕੌਣ ਇਧਰ ਪਾਸੇ ਲਾ ਪਊ ਜਫਾ ਲਓ ਕਿਹੜਾ ਬੈਸਟ ਆਊਗਾ ਕੁਹਾਲੇ ਦੇ ਕਬੱਡੀ ਕੱਪ ਦਾ। ਇੱਕ ਪਾਸੇ ਪਿੱਟੂ ਪੁਰ ਹੀਰਾ ਵਾਲਾ ਤੇ ਦੂਜੇ ਪਾਸੇ ਭੂਰੀ ਛੰਨਾ ਵਾਲਾ ਭੂਰੀ ਤੇ ਬਿੱਟੂਪੁਰ ਹੀਰਾ ਲੱਗਿਆ ਪਿਆ ਜ਼ੋਰ 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 ਪੁਆਇੰਟ ਸਟਾਪਰ ਦਾ ਬਿੱਟੂਪੁਰ ਹੀਰਾ ਲਈ 500 ਰੁਪਈਆ ਸੋਢੀ ਨਾਗਰਾ ਜੀ ਉਹਨਾਂ ਵੱਲੋਂ ਕੋਸਾ ਵਾਲੇ ਇਧਰ ਪਾਸੇ ਮਨਜੀਤ ਸਿੰਘ ਜੀ ਖੋਖਰ ਫੌਜੀਆਂ 500 ਰੁਪਏ ਦਾ ਮਾਨ ਸਨਮਾਨ। ਹਾਂ ਵੀ ਅਗਲੀ ਰੇਡ ਫਿਰ ਮੈਦਾਨ ਦੇ ਵਿੱਚ ਮਨਜੋਤ ਮਾਛੀਵਾੜੇ ਦਾ ਕਬੱਡੀ ਪਾਉਣ ਦੇ ਵਾਸਤੇ ਵਧਦਾ ਹੋਇਆ ਖਿਡਾਰੀ ਮਨਜੋਤ ਮਾਛੀਵਾੜਾ ਸਾਹਿਬ ਦਾ ਜਗਤਾਰ ਧਨੋਲਾ ਜੀ ਦਾ ਫੈਸਲਾ ਵੀ ਪੁਆਇੰਟ ਰੇਡਰ ਦਾ ਅਹਿਮ ਰੋਲ ਹੈ ਇਸ ਫੈਡਰੇਸ਼ਨ ਦੇ ਵਿੱਚ ਜਗਤਾਰ ਧਨੋਲਾ ਜੀ ਦਾ ਬਹੁਤ ਬਹੁਤ ਧੰਨਵਾਦ। ਸਾਰੇ ਸਾਥੀਆਂ ਨੂੰ ਨਾਲ ਲੈ ਕੇ ਚੱਲਦੇ ਹੈ ਸੁਖਚੈਨ ਸਿੰਘ ਜੀ ਚੈਨਾ ਕੇ ਸੁਨਿੰਨੀ ਜੀ ਮਨਜੀਤ ਸਿੰਘ ਜੀ ਖੋਖਰ ਫੌਜੀਆਂ ਮਦਨ ਗੋਪਾਲ ਮਧੂ ਜੀ ਸੁੱਖਾ ਘੁੱਗਿਸ਼ੋਰ ਲੋਪੋ ਵਾਲਾ ਗੱਗੀ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਲੋਪੋ ਉੱਥੋਂ ਦਾ ਇੱਕ ਗੱਗੀ ਸੁਣੀਦਾ ਗੱਲ ਸੁਣ ਲਓ ਮੇਰੀ ਲੋਕੋ ਵਿੱਚ ਕੋਡੀ ਦੇ ਖੇਡ ਖੇਡਦਾ ਖੇਡ ਖੇਡਦਾ ਭਾਰੀ ਗੁੱਟ ਫੜ ਫੜ ਕੈਂਚੀਆਂ ਨਾਮ ਦਾ ਤੇ ਉਹਨੂੰ ਮੰਨਦੀ ਦੁਨੀਆ ਸਾਰੀ ਦੁਨੀਆ ਐਵੇਂ ਨਹੀਂ ਮੰਨਦੀ ਜੇ ਛਾਤੀ ਵਿੱਚ ਬਲ ਹੋਵੇ ਲੋਕੀ ਤਾਂ ਪੁੱਛਦੇ ਸਰਨਾਵਾ ਹਰਜੀਤ ਬਰਾੜ ਦੇ ਵਿਰਲੇ ਪੁੱਤ ਜੰਮਦੀਆਂ ਮਾਵਾਂ ਹਰਜੀਤ ਬਰਾੜ ਦੀ ਖੇਡ ਦੇ ਵਾਰਸ ਆਓ ਚਿੱਟੀ ਵਾਲਾ ਜੱਗਾ 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 ਮਨਜੋਤ ਤੇ ਜੱਗਾ ਕਿਆ ਬਾਤ ਬਈ ਮੇਲਾ ਵਧੀਆ ਹੋਇਆ ਮੈਚ ਵਧੀਆ ਹੋਇਆ ਜੇ ਦਿਲ ਨੂੰ ਜਚਿਆ ਤਾਂ ਇੱਕ ਵਾਰੀ ਸਾਰੇ ਦਿਲੋਂ ਤਾੜੀਆਂ ਜ਼ੋਰਦਾਰ ਮਾਰ ਕੇ ਦੱਸਣਗੇ। ਧੰਨ ਧੰਨ ਬਾਬਾ ਜੋਗਾ ਸਿੰਘ ਜੀ ਟੂਰਨਾਮੈਂਟ ਕਮੇਟੀ ਨੂੰ ਐਨਆਰਆਈ ਵੀਰਾਂ ਨੂੰ ਜੱਸਾ ਸਿੰਘ ਜੀ ਸਰਪੰਚ ਉਹਨਾਂ ਦੀ ਗ੍ਰਾਮ ਪੰਚਾਇਤ ਨੂੰ ਸੋਢੀ ਨਾਗਰੇ ਨੂੰ ਤੇ ਰਵੀ ਨਾਗਰੇ ਹੋਣਾ ਨੂੰ। ਰਵੀ ਜੀ ਜਦੋਂ ਅਮਰੀਕਾ ਆਵਾਂਗੇ ਤੇ ਫਿਰ ਪੀਜੇ ਖਾਵਾਂਗੇ ਜ਼ਰੂਰ ਬਾਬੇ ਨੇ ਮਿਹਰ ਕੀਤੀ ਤੇ ਪਰ ਸਮੇਂ ਦੀ ਗੱਲ ਹੈ ਅਣਜਲ ਦੀ ਗੱਲ ਹੈ ਕੌਣ ਕਿਸੇ ਦੀਆਂ ਖਾਂਦਾ ਹੈ ਦਾਣਾ ਪਾਣੀ ਖਿੱਚ ਕੇ ਲਿਆਉਂਦਾ ਹੈ। ਆਓ ਸਾਹਮਣੇ ਵੇਖਣਾ ਵੀ ਆਓ ਪੁਆਇੰਟ ਰੇਡਰ ਦਾ ਕਾਲਾ ਕਮਲ ਕਬੱਡੀ ਦਾ ਵਾਕਈ ਕਮਲ ਹੈ ਨਹੀਂ ਉਹ ਰਿਸਾ ਨੌਜਵਾਨਾਂ ਤੇਰੀਆਂ। ਅਗਲੀ ਰੇਡ ਮੰਜੋ ਰਾਜੂ ਅਰਜਨ ਸਿੰਘ ਜੀ 18 ਤੇ ਜੱਗੂ ਭਾਜੀ ਉਹਨਾਂ ਦਾ ਧੰਨਵਾਦ ਹੈ ਵੱਡਾ ਮਾਨ ਸਨਮਾਨ ਭੇਜਦੇ ਹੋਏ ਬਹੁਤ ਬਹੁਤ ਧੰਨਵਾਦ। ਸਤਲੋਚਨ ਸਿੰਘ ਜੀ ਅਠੌਲੇ ਵਾਲੇ ਸਰਪੰਚ ਸਾਹਿਬ ਲਾਓ ਇੱਧਰ ਮੈਦਾਨ ਦੇ ਵਿੱਚ ਬੱਲੇ ਬੱਲੇ ਇਹ ਹੈ ਮੱਖਣ ਈਬਣ ਵਾਲਾ ਮੱਖਣ ਗੁੱਜਰ ਲਾ ਪਾਓ ਜਫਾ ਕੇ ਨਹੀਂ ਬੱਲੇ ਬੱਲੇ ਹੁੰਦੀ ਹੋਈ ਮੁੰਡਾ ਬੜਾ ਚੀੜਾ ਜਿਹਾ ਕਬੱਡੀ ਖਿਡਾਰੀ ਪੈ ਗਈ ਪੁੱਠੀ ਆਪਣੇ ਦੰਦ ਚੀਨ ਦੀ ਕੰਧ ਵਰਗੀ ਮਜ਼ਬੂਤੀ ਨਾ ਪੈਰੇ ਪੁੱਠੀ ਕੈਂਚੀ ਫਿਰ ਕੋਈ ਗੱਲ ਕਸੂਤੀ ਨਾ ਇਹਦੇ ਵਰਤੋਂ ਵੱਡੀ ਗੱਲ ਕਸੂਤੀ ਹੈ ਹੀ ਨਹੀਂ ਕਦੇ ਕਿਸੇ ਦੀ ਰੱਬ ਪੁੱਠੀ ਨਾ ਪਾਵੇ ਜ਼ਿੰਦਗੀ ਦੇ ਵਿੱਚ ਵੀ ਤੇ ਕਬੱਡੀ ਦੇ ਵਿੱਚ ਵੀ ਨਾਲੇ ਰੇਡਰ ਦਾ ਜ਼ੋਰ ਹੋ ਜਾਂਦਾ ਹੈ ਤੇ ਨਾਲੇ ਜਾਫੀ ਦਾ ਜ਼ੋਰ ਹੋ ਜਾਂਦਾ ਹੈ ਜੇ ਗਰਾਊਂਡ ਥੋੜਾ ਹਾਰਡ ਹੋਵੇ ਪਰ ਜਾਫੀ ਨਾ
ਕਹਿੰਦੇ ਦੋ ਤਿੰਨ ਦਿਨ ਕੀ ਹਫ਼ਤਾ ਹੀ ਨੀ ਟੀ ਸ਼ਰਟ ਪੈਂਦੀ ਸੁਣ ਰੁੜਕੀ ਵਾਲਾ ਕਹਿੰਦਾ ਹੁੰਦਾ ਜਿੱਥੇ ਗਰਾਊਂਡ ਚੀੜਾ ਹੋਵੇ ਮੈਂ ਤਾਂ ਪੁੱਠੀ ਪਾਉਣੀ ਆ ਕਹਿੰਦਾ ਫਿਰ ਕਹਿੰਦਾ ਔਖਾ ਹੋ ਜਾਂਦਾ ਯਾਰ ਜਲਾਲ ਪਰ ਸਾਹਮਣੇ ਵੇਖਦਾ ਵੀ ਨੌਜਵਾਨ ਕਬੱਡੀ ਮਨਜੋਤ ਦੀ ਨੌਜਵਾਨ ਪੰਡਿਤ ਮਦਨ ਗੋਪਾਲ ਜੀ ਕੇ ਐਸ ਨਿੰਨੀ ਕੋਚ ਸਾਹਿਬ ਜਗਤਾਰ ਧਨੌਲਾ ਸਰ ਅਫੀਸ਼ੀਅਲ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਪ੍ਰਬੰਧਕਾਂ ਵੱਲੋਂ ਕਹਿੰਦੇ ਯੋਜਨਾਬੱਧ ਤਰੀਕੇ ਦੇ ਨਾਲ ਰੈਫਰੀ ਵੀਰ ਵੀ ਵੱਡਾ ਰੋਲ ਅਦਾ ਕਰ ਰਹੇ ਨੇ ਔਰ ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਸਾਰੀ ਫੈਡਰੇਸ਼ਨ ਦਾ ਬਹੁਤ ਬਹੁਤ ਧੰਨਵਾਦ ਲਓ ਮੈਦਾਨ ਦੇ ਵਿੱਚ ਮਨਜੋਤ ਇੱਕ ਹੋਰ ਨੰਬਰ ਜੋੜ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਅਗਲੀ ਰੇਡ ਫਿਰ ਕਾਲੇ ਦੀ ਮੈਦਾਨ ਦੇ ਅੰਦਰ ਪੈਂਦੀ ਹੋਈ ਕਾਲਾ ਕਾਲਾ ਧੂਰ ਕੋਟੀ ਆ ਧੂਰ ਕੋਟੀ ਆ ਕਾਲਾ ਬੈਸਟਾਂ ਨੂੰ 21 ਹਜ਼ਾਰ ਹੈ ਅੱਜ ਦੇ ਕਬੱਡੀ ਕੱਪ ਦੇ ਜਿਹੜੇ ਬੈਸਟ ਹੋਣਗੇ 21 ਹਜ਼ਾਰ ਕੱਲ ਨੂੰ ਸੁੱਕੇ ਪੰਡਾਲ ਦੇ ਨਾਨਕੇ ਪਿੰਡ ਦਿਆਲਪੁਰ ਦੇ ਵਿੱਚ ਮੈਚ ਹੋਣਗੇ ਹਰੀਕਿਆਂ ਵਾਲੇ ਵਿੱਕੀ ਦੇ ਪਿੰਡ ਦੇ ਵਿੱਚ ਪਿੰਡਵਾਰ ਦੇ ਮੈਚ ਹੋਣਗੇ ਵਧੀਆ ਰੂਲ ਐਂਡ ਰੈਗੂਲੇਸ਼ਨ ਹੋਣਗੇ ਵੱਖਰੀ ਗੱਲ ਹੋਵੇਗੀ ਵਿੱਕੀ ਹਰੀਕੇ ਮੁਕਤਸਰ ਸਾਹਿਬ ਦਾ ਏਰੀਆ ਖਾਰੇ ਦੇ ਲਾਗੇ ਪਿੰਡ ਹੈ ਆਓ ਸਾਹਮਣੇ ਕਾਲਾ ਧੂਰ ਕੋਟੀ ਹੈ ਨਿੱਕੂ ਕਲਿਆਣ ਹੈ ਨਿੱਕੂ ਕਲਿਆਣ ਤੇ ਕਾਲਾ ਆ ਜਾਂਦਾ ਨਵੇਂ ਪਿੰਡੀਆ ਦੂਜਾ ਕਮਲ ਜਿੱਥੇ ਰਵੀ ਨਾਗਰਾ ਤੇ ਬਿੰਦਰ ਨਾਗਰਾ ਜੀ ਵੱਲੋਂ ਦਾਸ ਦੇ ਲਈ ਤੇ ਬਿੰਦਰ ਰੁਪਿੰਦਰ ਜਲਾਲ ਦੇ ਵਾਸਤੇ 5100 ਦੇ ਮਾਨ ਸਨਮਾਨ ਨੇ ਉੱਥੇ ਸੋਢੀ ਨਾਗਰਾ ਜੀ ਉਹਨਾਂ ਵੱਲੋਂ 1100 ਦੇ ਨਾਲ ਮਾਨ ਸਨਮਾਨ ਮੈਂ ਆਪਣੇ ਵੱਲੋਂ ਤੇ ਰੁਪਿੰਦਰ ਜਲਾਲ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਸੋਢੀ ਨਾਗਰਾ ਜੀ ਉਹਨਾਂ ਦਾ ਤੇ ਰਵੀ ਨਾਗਰਾ ਸ਼ਿਕਾਗੋ ਪੀਜ਼ਾ ਰੌਣਕ ਪੰਜਾਬ ਦੀ ਤੇ ਸ਼ਿਕਾਗੋ ਪੀਜ਼ੇ ਦਾ ਬਹੁਤ ਵੱਡਾ ਨਾਮ ਆਓ ਸਾਹਮਣੇ ਮਨਜੋਤ ਮਾਸ਼ੀ ਵੜਾ ਸਾਹਿਬ ਦਾ 23 ਫਰਵਰੀ ਨੂੰ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਅਮਰਜੀਤ ਸਿੰਘ ਬਾਹੂ ਵਿਰਕ ਦੀ ਯਾਦ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਹੋਊਗਾ ਹਰ ਮੈਚ ਦੇ ਵਿੱਚੋਂ ਮੋਟਰਸਾਈਕਲ ਲੱਕੀ ਡਰਾ ਰਹੀ ਤੇ ਫਾਈਨਲ ਦੇ ਵਿੱਚੋਂ ਫੋਰਡ ਟਰੈਕਟਰ ਕੇ ਹੁਣ ਤੇਰੇ ਪੇਕਿਆਂ ਨੂੰ ਫੋਰਡ ਛੂਕਦਾ ਜਾਊ ਪਰ ਦੇਖਾਂਗੇ ਮੱਖਣ ਅਲੀ ਜੀ ਕਿਹੜਾ ਉਹ ਭਾਗਾ ਵਾਲਾ ਹੋਊਗਾ ਜਿਹੜਾ 23 ਨੂੰ ਫੋਰਡ ਜਿੱਤੂਗਾ ਦਰਸ਼ਕ ਤੇ ਜਿਹੜਾ 24 ਨੂੰ ਜੰਡਿਆਲੇ ਦੇ ਵਿੱਚੋਂ ਜਤਿੰਦਰ ਜਾਲ ਦੇ ਕਬੱਡੀ ਕੱਪ ਤੋਂ ਨਵੀਂ ਰੁਪਿੰਦਰ ਜੀ 5000 ਦੀ ਪਹਿਲੀ ਪੈ ਗਈ ਮੈਦਾਨ ਦੇ ਅੰਦਰ ਆਹ ਤਾਜਾ ਕਾਲਾ ਸੰਗਿਆ ਮਾਲਾ ਦੇਖ ਰਵੀ ਰਵੀ ਨਾਗਰੇ ਉਹਨਾਂ ਵੱਲੋਂ 5000 ਰੁਪਈਆ ਲੱਗਾ ਹੋਇਆ 3 ਕਬੱਡੀਆਂ ਦੇ ਉੱਪਰ ਆਓ ਮਾਨ ਸਨਮਾਨ ਸੋਢੀ ਨਾਗਰੇ ਉਹਨਾਂ ਵੱਲੋਂ 5000 ਦੀਆਂ 3 ਕਬੱਡੀਆਂ ਜੱਗੇ ਚਿੱਟੀ ਦੇ 2 ਜਫੇ 10000 ਦੇ ਨੇ ਲੈ ਕਬੱਡੀ ਪਾਉਣ ਦੇ ਵਾਸਤੇ ਕਾਕਾ ਨਗਲਾਂ ਵਾਲਾ ਰੇਡ ਪਾਉਣ ਦੇ ਲਈ ਤਿਆਰ ਬਰ ਤਿਆਰ ਕਬੱਡੀ ਖਿਡਾਰੀ ਕਾਕਾ ਬੜਾ ਤਿੱਖਾ ਜਿਹਾ ਨੌਜਵਾਨ ਜੱਗਾ 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 ਚਿੱਟੀ ਵਾਲਾ ਉਖੜ ਗਏ ਪੈਰ ਹਰ ਜੋ ਪਾਸੇ ਮੁੰਡਾ ਹਵਾ ਹਵਾਈ ਕਬੱਡੀ 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 ਬੱਲੇ 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 ਏਰੀ ਸਾ ਤਕੜਾ 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 ਚਿੱਟੀ ਵਾਲਾ ਜੱਗਾ ਬਈ ਮੁੰਡੇ ਦਾ ਜੱਫਾ ਵਧੀਆ ਲੱਗਿਆ ਤਾੜੀਆਂ ਮਾਰ ਦਿਓ ਮੇਰੇ ਵੀਰਿਓ ਮਲਕੀਤ ਦਿਓਲ ਗੁਰਦੀਪ ਟਮਾਲ ਜੀ ਮੈਟਰੋ ਕਬੱਡੀ ਕਲੱਬ 1000 23 ਤਰੀਕ ਨੂੰ ਮੱਖਣ ਧਾਲੀਵਾਲ ਵੀ ਸੱਦਾ ਦੇ ਰਿਹਾ ਖਜੂਰਲੇ ਦਾ ਬੰਤ ਨਿੱਜਰ ਹੈ ਸ਼ਿਕਾਗੋ ਪੀਜ਼ਾ ਵਾਲੇ ਹਰਪ੍ਰੀਤ ਸਿੰਘ ਜੀ ਨਾਲ ਦਾਈਆ ਜੀ ਨਾਲ ਸੋਨੀ ਜੀ ਤੇ ਸ਼ਰਨਾ ਜੀ ਸਾਰੇ ਵੀਰ ਸੈਂਟਾ ਰੋਜ਼ਾ ਦੇ ਵਿੱਚ ਬੈਠੇ ਆਨੰਦ ਮਾਣ ਰਹੇ ਨੇ ਰਵੀ ਨਾਗਰੇ ਉਹਨਾਂ ਦੇ ਪਿੰਡ ਦੇ ਵਿੱਚ ਲੱਗੀਆਂ ਰੌਣਕਾਂ ਸ਼ਿਕਾਗੋ ਪੀਜ਼ਾ ਦੇ ਸਾਰੇ ਸਟਾਫ ਦਾ ਧੰਨਵਾਦ ਲਓ ਮੈਦਾਨ ਦੇ ਨਾਲ ਫਿਰ ਜੁੜੀ ਹੈ ਕਬੱਡੀ ਕਬੱਡੀ ਹੋਈ ਪਈ ਦੇ ਪੁਆਇੰਟ ਕਾਲਾ ਡੱਕਿਆ ਗਿਆ ਬਠਿੰਡੇ ਵਾਲੇ ਨੇ ਡੱਕ ਦਿੱਤਾ ਨਿੱਕੂ ਕਲਿਆਣ ਨੇ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਦਿੱਤਾ ਹੈ 23 ਤਰੀਕ ਕਪੂਰਥਲੇ ਦੇ ਵਿੱਚ ਮੱਖਣ ਧਾਲੀਵਾਲ ਜੀ ਉਹਨਾਂ ਵੱਲੋਂ ਸੱਦਾ ਹੈ ਉਹਨਾਂ ਦੇ ਸਾਥੀ ਅਮਰਜੀਤ ਬਾਹੂ ਬਿਰਕ ਦੀ ਯਾਦ ਦੇ ਵਿੱਚ ਵੱਡਾ ਕੱਪ ਹੋਵੇਗਾ 6 ਮੋਟਰਸਾਈਕਲ 1 ਟਰੈਕਟਰ ਫੋਰਡ ਆ ਵੀ ਮੁੰਡਾ ਫੋਰਡ ਦਾ ਜੇਤੂ ਹੈ ਆ ਮੁੰਡਾ ਕਹਿੰਦੇ ਸੋਨਾ ਲੀਕਾ ਦਾ ਜੇਤੂ ਮੇਰੇ ਵੀਰੋ ਲੀਗ ਦੇ ਵਿੱਚ ਬੈਸਟ ਰਿਹਾ ਤੇ ਪੁਆਇੰਟ ਰੇਡਰ ਦੇ ਹਿੱਸੇ ਜਾ ਜੁੜਿਆ ਤਾਜਾ ਗੁਰਦਿਆਲ ਸਿੰਘ ਤੇ ਸੋਢੀ ਨਾਗਰਾ 5000
ਕਾਲੇ ਸਿੰਘਾਂ ਵਾਲੇ ਤਾਜੇ ਦੀ ਦੂਸਰੀ ਰੇਡ ਪੈ ਰਹੀ ਹੈ 5000 ਗੁਰਦਿਆਲ ਸਿੰਘ ਜੀ ਤੇ ਸੋਢੀ ਨਾਗਰੇ ਜੀ ਨੂੰ ਮਾਨ ਸਨਮਾਨ ਲਓ ਕਾਲਾ ਸਿੰਘ ਵਾਲੇ ਤਾਜੇ ਦੀ ਪਈ ਰੇਡ ਜੇ ਜਾਫੀ ਜਫਾ ਲਾ ਗਿਆ ਜਾਫੀ ਦਾ ਤੇ ਨਹੀਂ ਤਾਂ ਅਗਲੀ ਕਬੱਡੀ ਦੇ ਤਾਜੇ ਨੂੰ ਦਿੱਤਾ ਜਾਓ ਮਾਨ ਸਨਮਾਨ ਤਾਜਾ ਤਾਜਾ ਕਾਲੇ ਸਿੰਘਾਂ ਵਾਲਾ ਤਾਜਾ ਤੇ ਦੂਜੇ ਪਾਸੇ ਪਿੱਟੂਪੁਰ ਹੀਰਾ ਵਾਲਾ ਪੁਰ ਹੀਰਾ ਵਾਲਾ ਪੁਰ ਹੀਰਾ ਵਾਲਾ ਭਾਵੀ ਬਾਪਾ ਹੈ ਲੈ ਵੀ ਜੱਗਿਆ ਤੇਰੇ ਲਈ ਐਲਾਨ ਹੈ ਵਾਈ ਕਾਟੋ ਕਬੱਡੀ ਕਲੱਬ ਦੇ ਬਲਵੀਰ ਸਿੰਘ ਮੱਧੂ ਤੇ ਨਾਲ ਐਨਗੇਟ ਯਾਟ ਹੈ ਬਬਲੂ ਕੁਰੂਕਸ਼ੇਤਰ ਵਾਲਾ ਜਿਹੜੇ ਵੀ ਟੂਰਨਾਮੈਂਟ ਤੇ ਆਖੇਗਾ ਉਸੇ ਟੂਰਨਾਮੈਂਟ ਤੇ ਤੈਨੂੰ ਆਈਫੋਨ 10 ਦੇ ਨਾਲ ਸਨਮਾਨ ਕੀਤਾ ਜਾਣਾ ਹੈ ਨੌਜਵਾਨਾਂ ਨਿਊਜ਼ੀਲੈਂਡ ਦੀ ਬਾਈ ਕਾਟੋ ਕਬੱਡੀ ਕਲੱਬ ਵੱਲੋਂ ਮਾਨ ਸਨਮਾਨ ਦਿੱਤੇ ਜਾਣਗੇ ਔਰ ਸਾਹਮਣੇ ਦੇਖਣਾ ਵੀ ਆਓ ਮਨਜੋਤ ਮਨਜੋਤ ਡੱਕਿਆ ਜਾਊ ਜਾਂ ਫਿਰ ਨਹੀਂ ਗੱਲ ਸਮੇਂ ਦੀ ਮੈਚ ਬਰਾਬਰੀ ਤੇ ਖੇਡਿਆ ਜਾ ਰਿਹਾ ਤੇ ਮੰਨਾ ਬੱਗਿਆਂ ਵਾਲਾ ਕਮਾਲ ਕਰ ਗਿਆ ਜਿੰਦਰ ਬਸ਼ੇਸਰਪੁਰ ਇਟਲੀ ਤੋਂ ਵਿਸ਼ੇਸ਼ ਤੌਰ ਤੇ ਆਏ ਨੇ ਬਹੁਤ ਬਹੁਤ ਧੰਨਵਾਦ ਜਿੰਦਰ ਜੀ ਬਸ਼ੇਸਰਪੁਰ ਵਾਲੇ ਇਟਲੀ ਤੋਂ ਸਾਡੇ ਕੋਲ ਪੁੱਜੇ ਨੇ ਸੋਢੀ ਨਾਗਰਾ ਰਵੀ ਜੀ ਉਹਨਾਂ ਵੱਲੋਂ ਸਾਮਰੀਕ ਸਿੰਘ ਜੀ ਪ੍ਰਧਾਨ ਸਾਹਿਬ ਜੱਸਾ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਵੱਲੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਮੈਚ ਤੁਸੀਂ ਦੇਖ ਲਿਆ ਇਸ ਮੈਚ ਦੇ ਵਿੱਚ ਭਗਵਾਨਪੁਰ ਦੇ 33.5 ਪੁਆਇੰਟ ਨੇ ਔਰ ਨਕੋਦਰ ਦੇ 37 ਪੁਆਇੰਟ ਨੇ ਨਕੋਦਰ ਇਸ ਮੈਚ ਨੂੰ ਜਿੱਤ ਗਈ ਹੈ ਔਰ ਬੈਸਟ ਰਨ ਵਾਲੇ ਰੇਡਰ ਜਿਹੜੇ ਮਨਜੋਤ ਮਾਛੀਵਾੜਾ ਰਹੇ ਨੇ ਔਰ ਬੈਸਟ ਰਨ ਵਾਲੇ ਜਿਹੜੇ ਜਾਫੀ ਨੇ ਉਹ ਜੱਗਾ ਚਿੱਟੀ ਰਹੇ ਨੇ ਮੈਚ ਕਿਹੋ ਜਿਹਾ ਲੱਗਿਆ ਦੱਸ ਦਿਓ ਕਮੈਂਟ ਬਾਕਸ ਦੇ ਵਿੱਚ ਇਹੋ ਜਿਹੇ ਹੋਰ ਕਿਹੜੇ ਕਿਹੜੇ ਮੈਚ ਤੁਸੀਂ ਆਪ ਗਰਾਊਂਡ ਦੇ ਵਿੱਚ ਜਾ ਕੇ ਦੇਖੇ ਨੇ ਉਹਨਾਂ ਮੈਚਾਂ ਬਾਰੇ 'ਚ ਵੀ ਸਾਨੂੰ ਦੱਸ ਦਿਓ ਤਾਂ ਕਿ ਅੱਗੇ ਆਉਣ ਵਾਲੀਆਂ ਜਿਹੜੀਆਂ ਬੈਸਟ ਮੈਚਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹਨਾਂ ਦੇ ਵਿੱਚ ਅਸੀਂ ਉਹਨੂੰ ਸ਼ਾਮਿਲ ਕਰ ਸਕੀਏ ਸਾਡੇ ਚੈਨਲ ਨੂੰ ਇਸ ਲਿੰਕ 'ਤੇ ਕਲਿੱਕ ਕਰਕੇ ਸਬਸਕ੍ਰਾਈਬ ਕਰ ਸਕਦੇ ਹੋ ਬਾਅਦ 'ਚ ਆਉਣ ਵਾਲੇ ਘੰਟੀ ਦੇ ਬਟਨ 'ਤੇ ਕਲਿੱਕ ਕਰ ਸਕਦੇ ਹੋ ਤਾਂ ਕਿ ਹਰ ਮੈਚ ਨੂੰ ਪਾਉਣ 'ਤੇ ਤੁਹਾਡੇ ਕੋਲ ਘੰਟੀ ਵੱਜ ਸਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ